ਧੰਨ ਵਾਹਿਗੁਰੂ ਸਾਹਿਬ ਜੀ। ਆਵੋ ਸਿੱਖ ਸਤਿਗੁਰੂ ਕੇ ਪਿਆਰਿਓ, ਗਾਵੋ ਸੱਚੀ ਬਾਣੀ, ਬਾਣੀ ਤਾਂ ਗਾਵੋ ਗੁਰੂ ਕੇਰੀ, ਬਾਣੀਆਂ ਸਿਰ ਬਾਣੀ, ਜਿਨ ਕੋ ਨਗਰ ਕਰਮ ਹੋਵੇ, ਹਿਰਦੈ ਤਨਾ ਸਮਾਣੀ, ਪੀਵ ਅੰਮ੍ਰਿਤ ਸਦਾ ਰਹੁ ਹਰ ਰੰਗ, ਜਪਿਓ ਸਾਰੰ ਪਾਣੀ। ਕਹਿ ਨਾਨਕ ਸਦਾ ਗਾਵੋ, ਇਹ ਸੱਚੀ ਬਾਣੀ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ, ਨਿਰਭਉ ਨਿਰਵੈਰ ਅਕਾਲ ਮੂਰਤ, ਅਜੂਨੀ ਸੈ ਭੰਗੁਰ ਪ੍ਰਸਾਦ। ਸਲੋਕ ਮਹਲਾ ਪਹਿਲਾ। ਮੱਛੀ ਤਾਰੂ ਕਿਆ ਕਰੇ, ਪੰਖੀ ਕਿਆ ਆਕਾਸ਼, ਪੱਥਰ ਪਾਲਾ ਕਿਆ ਕਰੇ, ਖੁਸਰੇ ਕਿਆ ਘਰ ਵਾਸ, ਕੁੱਤੇ ਚੰਦਨ ਲਾਈਏ, ਪੀਸ ਕੁੱਤੀ ਧਾਤ। ਬੋਲਾ ਜੇ ਸਮਝਾਈਏ, ਪੜੀਐ ਸਿਮਰਤ ਪਾਠ, ਅੰਦਾ ਚਾਨਣ ਰੱਖੀਐ, ਦੀਵੇ ਬਣੈ ਪਚਾਸ, ਚੌਣੇ ਸੋਨਾ ਪਾਈਐ, ਚੁਣਾ ਚੁਣ ਖਾਵੇ ਘਾਸ, ਲੋਹਾ ਮਾਰਨ ਪਾਈਐ, ਟਹੇ ਨਾ ਹੋਏ ਇੱਕ ਪਾਸ, ਨਾਨਕ ਮੂਰਖ ਏ ਗੁਣਾ, ਬੋਲੇ ਸਦਾ ਵਿਨਾਸ਼। ਮਹਲਾ ਪਹਿਲਾ। ਕਹਿਹਾ ਕੰਚਨ ਟੁੱਟੈ ਸਾਰ, ਅਗਨੀ ਗੰਡ ਪਾਏ ਲੁਹਾਰ, ਗੋਰੀ ਸੇਤੀ ਟੁੱਟੈ ਪਤਾਰ, ਪੁੱਤੀ ਗੰਡ ਪਵੈ ਸੰਸਾਰ। ਰਾਜਾ ਮੰਗੈ ਦਿੱਤੈ ਗੰਡ ਪਾਏ, ਭੁੱਖਿਆਂ ਗੰਡ ਪਵੈ ਜਾਂ ਖਾਏ, ਕਾਲਾ ਗੰਡ ਕਾਲਾ ਗੰਡ ਨਦੀਆਂ ਮੀ ਝੋਲ, ਗੰਡ ਪ੍ਰੀਤੀ ਮਿੱਠੇ ਬੋਲ, ਬੇਦਾਂ ਗੰਡ ਬੋਲੇ ਸੱਚ ਕੋਏ, ਮੋਇਆ ਗੰਡ ਨੇਕੀ ਸਤ ਹੋਏ, ਏਤ ਗੰਡ
ਵਰਤੈ ਸੰਸਾਰ, ਮੂਰਖ ਗੰਢ ਪਵੈ ਮੋਹ ਮਾਰ। ਨਾਨਕ ਆਖੈ ਇਹ ਵਿਚਾਰ, ਸਿਫਤੀ ਗੰਢ ਪਵੈ ਦਰਬਾਰ। ਨਾਨਕ ਆਖੈ ਇਹ ਵਿਚਾਰ, ਸਿਫਤੀ ਗੰਢ ਪਵੈ ਦਰਬਾਰ। ਪਰਮ ਸਨਮਾਨਯੋਗ ਧੰਨ ਧੰਨ ਸ਼ਬਦ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਗੋਦ ਵਿੱਚ ਜੁੜ ਬੈਠੀ ਸਤਿਕਾਰਯੋਗ ਸਤ ਸੰਗਤ ਜੀਓ, ਆਪਣੀ ਰਜੇਵਿਆਂ ਪਰ ਜ਼ਿੰਦਗੀ ਵਿੱਚੋਂ ਸਮਾਂ ਕੱਢ ਕੇ ਸ਼ਾਮ ਦੇ ਦੀਵਾਨ ਦੀ ਹਾਜ਼ਰੀ ਭਰਦਿਆਂ ਹੋਇਆਂ ਸੋਧਾ ਰਹਿ ਰਾਸ ਦੀ ਪਾਵਨ ਬਾਣੀ ਦਾ ਪਾਠ, ਗੁਰਬਾਣੀ ਦਾ ਕੀਰਤਨ ਅਤੇ ਮੇਰੇ ਤੋਂ ਪਹਿਲਾਂ ਭਾਈ ਸਾਹਿਬ ਹੁਣਾਂ ਦੇ ਜਥੇ ਪਾਸੋਂ ਆਪ ਜੀ ਨੇ ਬੜੇ ਪਿਆਰ ਨਾਲ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਦੇ ਛੋਟੇ ਸਾਹਿਬਜ਼ਾਦਿਆਂ ਦਾ ਇਤਿਹਾਸ ਸਰਵਣ ਕੀਤਾ। ਆਓ, ਸਿੱਖ ਧਰਮ ਦੇ ਬਾਨੀ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੀ ਰਸਨਾ ਤੋਂ ਉਚਾਰਨ ਕੀਤਾ ਹੋਇਆ ਜੋ ਪਾਵਨ ਬਚਨ ਹੁਣੇ ਸਰਵਣ ਕੀਤਾ। ਇਹ ਦੋਵੇਂ ਸਲੋਕ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੀ ਰਸਨਾ ਤੋਂ ਉਚਾਰਨ ਕੀਤੇ ਹੋਏ ਜੋ ਮਾਝ ਕੀ ਵਾਰ ਹੈ, 143 ਨੰਬਰ ਅੰਕ ਅਤੇ 12 ਨੰਬਰ ਪੌੜੀ ਦੇ ਨਾਲ ਇਹ ਦੋਵੇਂ ਸਲੋਕ ਅੰਕਿਤ ਨੇ। ਆਓ, ਗੁਰਦੇਵ ਜੀ ਦੇ ਅਮੋਲਕ ਬਚਨ ਵਿਚਾਰਨ ਤੋਂ ਪਹਿਲਾਂ ਸਾਰੀ ਸੰਗਤ ਅਦਬ ਸਤਿਕਾਰ ਦੇ ਨਾਲ ਫਤਿਹ ਪ੍ਰਵਾਨ ਕਰੋ ਜੀ, ਅਤੇ ਬੜੇ ਪਿਆਰ ਨਾਲ ਆਖੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਸੰਗ ਜੀਓ, ਇਹਨਾਂ ਦੋਵਾਂ ਸਲੋਕਾਂ ਵਿੱਚ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਜੋ ਵਿਚਾਰ ਬਖਸ਼ਿਸ਼ ਕੀਤੀ ਹੈ, ਦੁਨਿਆਵੀ ਉਦਾਹਰਣਾਂ ਦੇ ਕੇ ਮਨੁੱਖ ਨੂੰ ਉਸ ਪਰਮਾਤਮਾ ਦੇ ਦਰ ਨਾਲ ਸੱਚ ਨਾਲ ਜੁੜਨ ਦੀ ਪ੍ਰੇਰਣਾ ਦਿੱਤੀ ਹੈ। ਆਓ, ਬੜੇ ਪਿਆਰ ਨਾਲ ਸਲੋਕ ਦੀਆਂ ਅਖੀਰਲੀਆਂ ਤੁਕਾਂ ਦਾ ਰਲ ਕੇ ਪਾਠ ਕਰੀਏ। ਨਾਨਕ ਆਖੇ ਇਹ ਵਿਚਾਰ, ਸਿਫਤੀ ਗੰਢ ਪਵੈ ਦਰਬਾਰ। ਦੁਨੀਆਂ ਅੰਦਰ ਮਨੁੱਖ ਦੀ ਇਹ ਭੁੱਖ ਹੁੰਦੀ ਹੈ ਕਿ ਕੋਈ ਮੇਰੀ ਵਡਿਆਈ ਕਰੇ, ਇਹਨੂੰ ਬਾਣੀ 'ਚ ਰਸ ਆਖਿਆ। ਪਰ ਕੀ ਪਰਮਾਤਮਾ ਦੇ ਅੰਦਰ ਵੀ ਕੋਈ ਇੱਦਾਂ ਦੀ ਲਾਲਸਾ ਹੈ ਕਿ ਕੋਈ ਉਹਦੀ ਵਡਿਆਈ ਕਰੇ, ਉਹਨੂੰ ਵੱਡਾ ਕਵੇ, ਉਹ ਦੁਨੀਆਂ ਕੋਲੋਂ ਆਪਣੀ ਮਹਿਮਾ ਕਰਾਉਣਾ ਚਾਹੁੰਦਾ ਹੋਵੇ? ਇਹਦਾ ਜ਼ਿਕਰ ਸਤਿਗੁਰ ਨੇ ਬਾਣੀ ਵਿੱਚ ਬਹੁਤ ਪਿਆਰੇ ਸ਼ਬਦਾਂ ਵਿੱਚ ਕੀਤਾ ਹੈ। ਜੇ ਸਭ ਮਿਲ ਕੇ ਆਖਣ ਪਾਹੇ, ਸਾਰੇ ਬੋਲੋ ਜੀ, ਜੇ ਸਭ ਮਿਲ ਕੇ, ਵੱਡਾ ਨਾ ਹੋਵੇ, ਦੁਨੀਆਂ ਦਾ ਹਰ ਮਨੁੱਖ ਇੱਕੇ ਜ਼ੁਬਾਨ ਇਕੱਠਾ ਹੋ ਕੇ ਕਵੇ, ਰੱਬ ਜੀ ਤੁਸੀਂ ਬਹੁਤ ਵੱਡੇ ਹੋ, ਸਾਡੇ ਕਿਉਂ ਉਸਨੇ ਵੱਡੇ ਨਹੀਂ ਹੋਣਾ। ਸਾਰੀ ਦੁਨੀਆਂ ਇੱਕ ਜ਼ੁਬਾਨ ਹੋ ਕੇ ਕਵੇ, ਰੱਬ ਜੀ ਤੁਸੀਂ ਬਹੁਤ ਛੋਟੇ ਹੋ, ਸਾਡੇ ਕਿਉਂ ਉਹਨਾਂ ਨੇ, ਬੋਲੋ ਜੀ, ਛੋਟੇ ਨਹੀਂ ਹੋਣਾ। ਕਿਉਂਕਿ ਪਰਮੇਸ਼ਰ ਪਰਮਾਤਮਾ ਲਫਜ਼ਾਂ ਦਾ ਮੁਹਤਾਜ ਨਹੀਂ ਹੈ ਵੀ ਕੋਈ ਉਸ ਨੂੰ ਚਾਰ ਸ਼ਬਦ ਬੋਲੇ ਤਾਂ ਵੱਡਾ ਹੋ ਜਾਏ ਅਤੇ ਚਾਰ ਸ਼ਬਦ ਨਾ ਬੋਲੇ ਤਾਂ ਛੋਟਾ ਹੋ ਜਾਏ। ਇਹ ਬੰਦਾ ਹੈ, ਚਾਰ ਸ਼ਬਦ ਵਡਿਆਈ ਦੇ ਬੋਲੋ ਤਾਂ ਫੁੱਲ ਜਾਂਦਾ, ਉਹ ਸਤਿਕਾਰ ਸਮਝਦਾ। ਚਾਰ ਸ਼ਬਦ ਉਹਦੇ ਬਾਰੇ ਨਾ ਬੋਲੋ ਤਾਂ ਕਈ ਵਾਰੀ ਉਹ ਆਪਣਾ ਨਿਰਾਦਰ ਸਮਝਦਾ। ਪਰਮੇਸ਼ਰ 'ਤੇ ਗੱਲ ਚੁੱਕਦੀ ਨਹੀਂ। ਫਿਰ ਸਵਾਲ ਪੈਦਾ ਹੋਇਆ ਵੀ ਜੇ ਮਾਲਕ ਨੂੰ ਭੁੱਖ ਵੀ ਨਹੀਂ ਹੈ, ਜਪਜੀ ਸਾਹਿਬ 'ਚ ਆਪਾਂ ਰੋਜ਼ ਪੜ੍ਹਦੇ ਹਾਂ ਬਹੁਤਾ ਕਰਮ ਲਿਖਿਆ ਨਾ ਜਾਏ, ਉਹ ਐਡੀ ਵੱਡੀ ਬਖਸ਼ਿਸ਼ ਦਾ ਮਾਲਕ ਹੈ ਵੀ ਉਹਨੂੰ ਕੋਈ ਲਿਖਤ ਵਿੱਚ ਨਹੀਂ ਲਿਆ ਸਕਦਾ। ਕਹਿੰਦੇ ਵੱਡਾ ਦਾਤਾ, ਤਿਲ ਤਿਲ ਕਿੰਨਾ ਕੁ ਹੁੰਦਾ ਜੀ, ਸ਼ੁਕਮ ਬਰੀਕ, ਇਹਦਾ ਚੁਟਕੀ ਭਰੋ, ਕਈ ਦਾਣੇ ਤਿਲਾਂ ਦੇ ਤੁਹਾਡੀ ਚੁਟਕੀ ਵਿੱਚ ਆ ਜਾਣੇ। ਉਹਨੂੰ ਤਿਲ ਜਿੰਨੀ ਵੀ ਤਮਾ ਨਹੀਂ ਹੈ, ਤਮਾ ਕਹਿੰਦੇ ਨੇ ਲਾਲਚ ਨੂੰ ਵੀ ਕੋਈ ਉਹਨੂੰ ਵੱਡਾ ਕਵੇ। ਬਹੁਤਾ ਕਰਮ ਲਿਖਿਆ ਨਾ ਜਾਏ, ਬੋਲੋ ਸਤਸੰਗ ਜੀ, ਵੱਡਾ ਦਾਤਾ, ਤਿਲ ਨਾ ਤਮਾਏ, ਤਿਲ ਜਿੰਨੀ ਵੀ ਉਹਨੂੰ ਤਮਾ ਨਹੀਂ ਹੈ।
ਫਿਰ ਕਿਸ ਵਾਸਤੇ ਕਰਦੇ ਹਾਂ? ਉਹ ਤਾਂ ਵਡਿਆਈ ਦਾ ਭੁੱਖਾ ਨਹੀਂ ਹੈ, ਉਹਨੂੰ ਤਾਂ ਵਡਿਆਈ ਦੀ ਲੋੜ ਨਹੀਂ ਹੈ। ਤੋ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਜੋ ਵਿਚਾਰ ਦਿੱਤੇ, ਕਹਿੰਦੇ ਇਸ ਵਾਸਤੇ ਤੂੰ ਗੁਣ ਗਾਉਣੇ ਨੇ, ਉਹ ਤੇਰੇ ਲਫਜ਼ਾਂ ਦਾ ਮੁਹਤਾਜ ਨਹੀਂ। ਗੁਣ ਗਾਉਣ ਦਾ ਅਰਥ ਹੈ ਤੇਰੀ ਜ਼ਿੰਦਗੀ 'ਚ ਉਹ ਗੁਣ ਪ੍ਰਗਟ ਹੋ ਸਕਣ ਜਿਹੜੇ ਗੁਣ ਪਰਮੇਸ਼ਰ ਦੇ ਆਪਣੇ ਨੇ। ਉਹ ਨਿਰਭਉ ਹੈ, ਤੂੰ ਨਿਰਭਉ ਹੋ ਸਕੇ, ਤੂੰ ਉਹ ਨਿਰਵੈਰ ਹੈ, ਤੂੰ ਨਿਰਵੈਰ ਹੋ ਸਕੇ। ਤੋ ਆਓ ਸਤਸੰਗ, ਜਿੰਨੀ ਦੇਰ ਤੱਕ ਸੰਗਤ ਆਪਣੀ ਜਗ੍ਹਾ 'ਤੇ ਬੈਠਦੀ ਹੈ, ਬੜੇ ਪਿਆਰ ਨਾਲ ਇਹਨਾਂ ਤੁਕਾਂ ਦਾ ਪਾਠ ਕਰੋ। ਥੋੜ੍ਹਾ ਥੋੜ੍ਹੀ ਜੇ ਸੰਗਤ ਅੱਗੇ ਹੋ ਜਾਏ, ਜਿਹੜੇ ਬਾਕੀ ਸੰਗਤ ਆ ਰਹੀ ਉਹਨਾਂ ਨੂੰ ਵੀ ਬੈਠਣ ਦੀ ਜਗ੍ਹਾ ਮਿਲ ਸਕੇ। ਆਓ ਬੜੇ ਪਿਆਰ ਨਾਲ ਇਹਨਾਂ ਤੁਕਾਂ ਦਾ ਪਾਠ ਕਰੀਏ ਜੀ। ਫਿਰ ਦੁਬਾਰਾ ਬੇਨਤੀ, ਸਾਰੀ ਸੰਗਤ ਨੇ ਹਾਜ਼ਰੀ ਲਵਾਉਣੀ ਹੈ। ਨਾਨਕ ਆਖੈ ਇਹ ਵਿਚਾਰ, ਨਾਨਕ ਆਖੈ ਇਹ ਵਿਚਾਰ, ਨਾਨਕ ਆਖੈ ਇਹ ਵਿਚਾਰ, ਨਾਨਕ ਆਖੈ ਇਹ ਵਿਚਾਰ, ਸਿਫਤੀ ਗੰਢ ਪਵੈ ਦਰਬਾਰ, ਸਿਫਤੀ ਗੰਢ ਪਵੈ ਦਰਬਾਰ, ਨਾਨਕ ਆਖੈ ਇਹ ਵਿਚਾਰ, ਨਾਨਕ ਆਖੈ ਇਹ ਵਿਚਾਰ, ਸਿਫਤੀ ਗੰਢ ਪਵੈ ਦਰਬਾਰ, ਸਿਫਤੀ ਗੰਢ ਪਵੈ ਦਰਬਾਰ, ਕਿਸ ਹੀ ਕੋਈ ਕੋਏ, ਕਿਸ ਹੀ ਕੋਈ ਕੋਏ, ਮੰਜਨ ਮਾਣੀ ਇੱਕ ਤੂੰ, ਮੰਜਨ ਮਾਣੀ ਇੱਕ ਤੂੰ, ਵਾਹ ਵਾਹ, ਕਿਉਂ ਨਾ ਮਰੀਜੈ ਰੋਏ, ਕਿਉਂ ਨਾ ਮਰੀਜੈ ਰੋਏ, ਜਾਂ ਲਗ ਚੇਤ ਨ ਆਵਹੀਂ, ਜਾਂ ਲਗ ਚੇਤ ਨ ਆਵਹੀਂ, ਨਾਨਕ ਆਖੈ ਇਹ ਵਿਚਾਰ, ਨਾਨਕ ਆਖੈ ਇਹ ਵਿਚਾਰ, ਸਿਫਤੀ ਗੰਢ ਪਵੈ ਦਰਬਾਰ, ਸਿਫਤੀ ਗੰਢ ਪਵੈ ਦਰਬਾਰ, ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਜੋ ਇਸ ਪਾਵਨ ਬਚਨ ਰਾਹੀਂ ਉਪਦੇਸ਼ ਦਿੱਤਾ ਹੈ, ਸਾਰਨ ਸੇ ਹੈ, ਜਿਹੜੀਆਂ ਆਪਾਂ ਦੋ ਤੁਕਾਂ ਪੜ੍ਹੀਆਂ ਨੇ, ਨਾਨਕ ਆਖੈ ਇਹ ਵਿਚਾਰ, ਸਿਫਤੀ ਗੰਢ ਪਵੈ ਦਰਬਾਰ, ਸਿਫਤ ਦਾ ਅਰਥ ਹੈ ਉਸ ਮਾਲਕ ਦੇ ਗੁਣ, ਉਹਦੀਆਂ ਚੰਗਿਆਈਆਂ ਆਪਣੀ ਜ਼ਿੰਦਗੀ ਵਿੱਚ ਧਾਰਨ ਕਰ, ਇਹਦੇ ਨਾਲ ਹੀ ਉਹਦੇ ਦਰ ਨਾਲ ਤੇਰੀ ਗੰਢ ਪੈ ਸਕਦੀ ਹੈ। ਬਾਕੀ ਜਿੰਨੀਆਂ ਵੀ ਉਦਾਹਰਨਾਂ ਨੇ ਸਲੋਕ ਵਿੱਚ, ਸ਼ੁਰੂ ਹੁੰਦੀ ਹੈ ਉਦਾਹਰਨ ਮੱਛੀ ਤਾਰੂ ਕਿਆ ਕਰੇ, ਪਾਣੀ ਬੜਾ ਡੂੰਘਾ ਹੈ, ਗਹਿਰਾ ਹੈ, ਪਰ ਮੱਛੀ ਉੱਤੇ ਉਸ ਡੂੰਘੇ ਪਾਣੀ ਦਾ ਕੋਈ ਅਸਰ ਨਹੀਂ, ਕਿਉਂਕਿ ਉਹਨੂੰ ਜਿੰਨਾ ਕੁ ਪਾਣੀ ਤਰਨ ਲਈ ਚਾਹੀਦਾ, ਉਹ ਥੋੜ੍ਹਾ ਹੋਵੇ ਬਹੁਤਾ ਹੋਵੇ, ਪਾਣੀ ਬਹੁਤ ਗਹਿਰਾ ਹੈ, ਪਰ ਗਹਿਰਾ ਪਾਣੀ ਮੱਛੀ ਉੱਤੇ ਕੋਈ ਅਸਰ ਨਹੀਂ ਕਰ ਰਿਹਾ। ਪਹਿਲਾਂ ਇਹਦੇ ਪਾਦਰ ਸਮਝ ਲੈਣਾ, ਮੱਛੀ ਤਾਰੂ ਕਿਆ ਕਰੇ, ਪੰਖੀ ਕਿਆ ਆਕਾਸ਼, ਆਕਾਸ਼ ਬਹੁਤ ਵਿਸ਼ਾਲ ਹੈ, ਪਰ ਪੰਛੀ ਉੱਤੇ ਖੁੱਲ੍ਹੇ ਆਕਾਸ਼ ਦਾ ਕੋਈ, ਕਿਉਂਕਿ ਉਹਨੇ ਉੱਡਣਾ ਹੈ, ਉਹਦੇ ਖੁੱਲ੍ਹੇ ਆਕਾਸ਼ ਦਾ ਉਹਦੇ 'ਤੇ ਕੋਈ ਅਸਰ ਨਹੀਂ ਪੈ ਰਿਹਾ। ਪੱਥਰ ਪਾਲਾ ਕਿਆ ਕਰੇ, ਠੰਡ ਪੈ ਰਹੀ ਹੈ, ਕੋਹਰਾ ਪੈ ਰਿਹਾ ਹੈ, ਸਨੋਅ ਪੈ ਰਹੀ ਹੈ, ਬਹੁਤ ਜ਼ਿਆਦਾ ਠੰਡ ਹੈ, ਪਰ ਪੱਥਰ ਉੱਤੇ ਠੰਡ ਦਾ ਬੋਲੋ ਜੀ ਕੋਈ ਅਸਰ ਨਹੀਂ।
ਹੁਣ ਅਸੀਂ ਆਪਾਂ ਕਹਿੰਦੇ ਹਾਂ ਵੀ ਗੁਰਬਾਣੀ ਵਿੱਚ ਗੁਰੂ ਗ੍ਰੰਥ ਸਾਹਿਬ ਸਾਰੀ ਰੱਬ ਦੀ ਉਸਤਤ ਹੈ। ਹੁਣ ਇੱਥੇ ਤਾਂ ਪੱਥਰ ਦੀ ਗੱਲ ਹੋ ਰਹੀ ਹੈ, ਇੱਥੇ ਤਾਂ ਮੱਛੀ ਅਤੇ ਆਕਾਸ਼ ਦੀ ਗੱਲ ਹੋ ਰਹੀ ਹੈ। ਧਿਆਨ ਨਾਲ ਸੁਣਿਓ ਇਸ ਗੱਲ ਨੂੰ। ਜਿੱਥੇ ਅਸੀਂ 10 ਮਿੰਟ ਵੀ ਰੋਜ਼ ਸਮਾਂ ਕੱਢੀਏ ਗੁਰਬਾਣੀ ਨੂੰ ਸਮਝਣ ਵਾਸਤੇ ਤਾਂ ਗੱਲ ਕਲੀਅਰ ਹੋ ਜਾਏਗੀ ਗੁਰੂ ਸਾਹਿਬ ਕਹਿਣਾ ਕੀ ਚਾਹੁੰਦੇ ਨੇ। ਪੱਥਰ ਪਾੜਾ ਕਿਆ ਕਰੇ, ਪਾੜਾ ਹੈ, ਠੰਡ ਹੈ, ਪਰ ਪੱਥਰ ਉੱਤੇ ਉਸ ਠੰਡ ਦਾ ਕੋਈ ਅਸਰ ਨਹੀਂ। ਖੁਸਰੇ ਕਿਆ ਘਰ ਵਾਸ, ਖੁਸਰੇ ਨੂੰ ਗ੍ਰਿਸ਼ਤੀ ਪਰਿਵਾਰ ਦੀ ਅਹਿਮੀਅਤ ਦਾ ਕੀ ਪਤਾ ਕਿ ਪਰਿਵਾਰਾਂ ਦੀ ਅਟੈਚਮੈਂਟ ਕੀ ਹੁੰਦੀ ਹੈ, ਪਰਿਵਾਰਾਂ ਦਾ ਸਨੇਹ ਕੀ ਹੁੰਦਾ ਹੈ, ਬੱਚੇ ਰੋਂਦੇ ਹੋਣ 'ਤੇ ਉਹਦੀ ਤੜਫ ਕੀ ਹੁੰਦੀ ਹੈ। ਖੁਸਰੇ ਕਿਆ ਘਰ ਵਾਸ, ਬੋਲਾ ਜੇ ਸਮਝਾਈ ਹੈ, ਤੁਸੀਂ ਇੱਕ ਬੋਲੇ ਬੰਦੇ ਲੱਗ ਗਏ, ਜਿੰਨਾ ਮਰਜ਼ੀ ਬੋਲੀ ਜਾਓ, ਤੁਹਾਡੇ ਬੋਲੇ ਦਾ ਉਸ ਦੇ ਉੱਤੇ ਕੀ ਅਸਰ ਹੈ। ਬੋਲਾ ਜੇ ਸਮਝਾਈਏ, ਪੜ੍ਹੀਏ ਸਿਮਰਤ ਪਾਠ, ਉਹਦੇ ਲਾਗੇ ਜਿੰਨੇ ਮਰਜ਼ੀ ਤੁਸੀਂ ਗ੍ਰੰਥ ਪੜ੍ਹੀ ਜਾਓ, ਅੰਧਾ ਚਾਨਣ ਰੱਖੀਏ, ਨੇਤਰਹੀਣ ਬੰਦੇ ਦੇ ਲਾਗੇ ਤੁਸੀਂ 50 ਦੀਵੇ ਬਾਲ ਦਿਓ ਅਤੇ ਬਾਅਦ ਵਿੱਚ ਉਹਨੂੰ ਤੁਸੀਂ ਸਾਰੋ ਕਿ ਤੇਰੇ ਲਾਗੇ ਅਸੀਂ 50 ਦੀਵੇ ਬਾਲੇ ਨੇ, ਉਹ ਕਹੇਗਾ ਮੈਨੂੰ ਕੀ, ਉਹ ਅੱਗਿਓਂ ਕਹੇਗਾ ਮੈਨੂੰ ਕੀ। ਬੋਲਾ ਜੇ ਸਮਝਾਈਏ, ਪੜ੍ਹੀਆਂ ਸਿਮਰਤ ਪਾਠ, ਅੰਧਾ ਚਾਨਣ ਰੱਖੀਏ, ਅੰਨੇ ਦੇ ਲਾਗੇ ਚਾਨਣ ਰੱਖੇ, ਦੀਵੇ ਬਲੇ, ਬੋਲੋ ਜੀ 50 ਦੀਵੇ ਜਗਦੇ ਨੇ ਪਰ ਉਹਦੇ 'ਤੇ ਇਹਨਾਂ ਦੀਵਿਆਂ ਦਾ ਕੋਈ ਅਸਰ ਨਹੀਂ। ਅੱਗੇ ਗੁਰਦੇਵ ਜੀ ਕਹਿੰਦੇ ਨੇ ਚੌਣੇ ਸੋਨਾ ਪਾਈਏ, ਚੌਣਾ ਕਹਿੰਦੇ ਨੇ ਗਾਵਾਂ ਦੇ ਵਗ ਨੂੰ, ਤੁਸੀਂ ਵੇਖਿਆ ਨਾ ਆਪਾਂ ਕਹਿੰਦੇ ਚੌਣਾ, ਚੌਣੇ ਦਾ ਪਦ ਅਰਥ ਹੈ ਗਾਵਾਂ ਦਾ ਵਗ ਜਿਹੜੀਆਂ ਚੁਗਣ ਜਾਂਦੀਆਂ ਨੇ ਬਾਹਰ। ਹੁਣ ਇੱਕ ਨੂੰ ਤੁਸੀਂ ਚੌਣਾ ਥੋੜ੍ਹਾ ਕਹਿ ਸਕਦੇ ਜੀ, ਜਦੋਂ 10-20-30 ਬਾਰ ਚੁਗਣ ਜਾਂਦੀਆਂ ਨੇ, ਚੌਣਾ ਸ਼ਬਦ ਉੱਥੇ ਵਰਤੇ। ਕਹਿੰਦੇ ਚੌਣੇ ਸੋਨਾ ਪਾਈਏ, ਤੁਸੀਂ ਗਾਵਾਂ ਦੇ ਗਾੜੀ ਸੋਨਾ ਪਾ ਦਿਓ, ਖਲਾਰ ਦਿਓ ਘਾਹ ਦੇ ਵਿੱਚ, ਪਰ ਉਹ ਚੁਣ ਚੁਣ ਖਾਵੇ, ਮੁੜ ਕੇ ਤੁਸੀਂ ਗਾਵਾਂ ਨੂੰ ਕਹੋ ਤੁਹਾਨੂੰ ਪਤਾ ਕਿੰਨਾ ਮਹਿੰਗਾ ਹੈ ਜਿਹੜਾ ਪਾਇਆ ਸੀ, ਪਰ ਗਾਵਾਂ ਦੇ ਉੱਤੇ ਮਹਿੰਗੇ ਸੋਨੇ ਦਾ ਕੋਈ ਅਸਰ ਨਹੀਂ। ਲੋਹਾ ਮਾਰਨ ਪਾਈਏ, ਲੋਹੇ ਦੇ ਵਿੱਚ ਤੁਸੀਂ ਕਈ ਜੜੀਆਂ ਬੂਟੀਆਂ ਪਾ ਕੇ ਉਹਨੂੰ ਤੁਸੀਂ ਢਾਲ ਦਿਓ, ਢਹੇ ਢਲ ਕੇ ਨਾ ਹੋਏ ਕਪਾਸ, ਲੋਹਾ ਕਿਤੇ ਕਪਾਹ ਥੋੜ੍ਹਾ ਬਣ ਚੱਲਿਆ, ਕੋਟਨ ਦੀ ਤਰ੍ਹਾਂ ਰੂੰ ਦੀ ਤਰ੍ਹਾਂ ਸੌਫਟ ਥੋੜ੍ਹਾ ਹੋ ਚੱਲਿਆ, ਢਹੇ ਨਾ ਹੋਏ ਕਪਾਸ। ਹੁਣ ਧਿਆਨ ਨਾ ਸੁਣਿਆ, ਆ ਜਿੰਨਾ ਸਲੋਕ ਆਪਾਂ ਹੁਣੇ ਪੜ੍ਹੇ, ਹੁਣ ਇਹ ਸਲੋਕ ਵਿੱਚ ਕੋਈ ਰੱਬ ਦੀ ਵਡਿਆਈ ਵਾਲਾ ਸ਼ਬਦ ਆਇਆ? ਬੋਲੋ ਪਿਆਰਿਓ, ਦੁਨਿਆਵੀ ਉਦਾਹਰਨ ਲੈਣਾ। ਹੁਣ ਸਵਾਲ ਪੈਦਾ ਹੋ ਗਿਆ ਵੀ ਗੁਰੂ ਨਾਨਕ ਸਾਹਿਬ ਮਹਾਰਾਜ ਇੱਦਾਂ ਦੇ ਬਚਨ ਕਿਉਂ ਲਿਖ ਰਹੇ ਨੇ? ਅਖੀਰਲਾ ਬਚਨ ਪੜ੍ਹੋ, ਨਾਨਕ ਮੂਰਖ ਇਹ ਗੁਣ, ਇੱਥੇ ਲਿਆ ਰਹੇ ਨੇ। ਮੂਰਖ ਬੰਦੇ 'ਚ ਕੁਆਲਿਟੀ ਹੁੰਦੀ ਹੈ ਵੀ ਪਹਿਲੀ ਗੱਲ ਤਾਂ ਉਹ ਬੋਲੇ ਨਾ, ਜੇ ਬੋਲੇਗਾ ਤਾਂ ਕਈ ਵਾਰੀ ਲੜਾਈ ਪੈ ਜਾਂਦੀ। ਨਾਨਕ ਮੂਰਖ ਇਹ ਗੁਣ, ਬੋਲੇ ਸਦਾ ਵਿਨਾਸ਼, ਵਿਨਾਸ਼ ਕਹਿੰਦੇ ਨੁਕਸਾਨ ਵਾਲੇ ਸ਼ਬਦ ਬੋਲੇਗਾ, ਹਾਨੀ ਪਹੁੰਚਾਉਣ ਵਾਲੇ ਸ਼ਬਦ ਬੋਲੇਗਾ। ਤੋ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਇਸ ਸਮੁੱਚੇ ਸਲੋਕ ਵਿੱਚ, ਜੋ ਪਹਿਲਾਂ ਆਪਾਂ ਪਹਿਲੇ ਸਲੋਕ ਦੀ ਵਿਚਾਰ ਕਰਾਂਗੇ, ਗੁਰੂ ਨਾਨਕ ਸਾਹਿਬ ਇਸ ਸਲੋਕ ਵਿੱਚ ਕੀ ਵਿਚਾਰ ਬਖਸ਼ਿਸ਼ ਕਰ ਰਹੇ ਹਨ, ਵੱਖ ਵੱਖ ਉਦਾਹਰਨਾਂ ਦੇ ਕੇ ਮਾਨਵਤਾ ਨੂੰ ਧੰਨ ਗੁਰੂ ਨਾਨਕ ਸਾਹਿਬ ਜੀ ਨੇ ਉਪਦੇਸ਼ ਬਖਸ਼ਿਸ਼ ਕੀਤਾ ਹੈ। ਹੁਣ ਸਵਾਲ ਹੈ ਵੀ ਗੁਰੂ ਨਾਨਕ ਸਾਹਿਬ ਮਹਾਰਾਜ ਜਿਹੜੀ ਵਿਚਾਰ ਦੇ ਰਹੇ ਨੇ, ਨਾ ਇਹ ਸ਼ਬਦ ਪੱਥਰ ਵਾਸਤੇ ਹੈ, ਨਾ ਗੁਰਬਾਣੀ ਦੇ ਸ਼ਬਦ ਪਾਣੀ 'ਚ ਰਹਿਣ ਵਾਲੀ ਮੱਛੀ ਵਾਸਤੇ ਹੈ, ਨਾ ਇਹ ਗੁਰਬਾਣੀ ਦੇ ਸ਼ਬਦ ਜਿਹੜਾ ਕੁੱਤਾ ਹੈ ਉਹਦੇ 'ਤੇ ਜਿੰਨਾ ਮਰਜ਼ੀ ਚੰਦਨ ਮਲਦੇ ਹੋ, ਕੁੱਤੇ ਚੰਦਨ ਲਾਈ ਹੈ ਭੀ ਸੋ ਕੁੱਤੀ ਧਾਰ, ਕੂਕਰ ਦੇ ਉੱਤੇ ਤੁਸੀਂ ਚੰਦਨ ਦਾ ਲੇਪ ਕਰਦੇ ਹੋ, ਇੱਕ ਦਿਨ ਪੂਰਾ ਲੇਪ ਰਹਿਣ ਦਿਓ, ਮੁੜ ਕੇ ਉਹਨੂੰ ਨਵਾ ਦਿਓ, ਕਿਉਂ ਜੀ, ਕੁੱਤੇ ਦੀ ਧਾਤ ਬਦਲ ਜਾਏਗੀ, ਉਹਦਾ ਅਸਲਾ ਬਦਲ ਜਾਏਗਾ, ਉਹਦੀਆਂ ਆਦਤਾਂ, ਉਹਦਾ ਸੁਭਾਅ ਬਦਲ ਜਾਏਗਾ।
ਹੁਣ ਫਿਰ ਸਵਾਲ ਪੈਦਾ ਹੋਇਆ ਵੀ ਇਹ ਸ਼ਬਦ ਮੱਛੀ ਦੀ ਗੱਲ ਕੀਤੀ ਹੈ, ਪੰਛੀ ਦੀ, ਪੰਛੀ ਤੇ ਕਿਤੇ ਏਦਾਂ ਆਣ ਕੇ ਸਾਨੂੰ ਦਿਸ ਪਵੇ ਅਸੀਂ ਤੇ ਭਜਾ ਦੇਣਾ ਵੀ ਚਲਾ ਜਾ ਤੂੰ, ਜੇ ਉਹ ਕਵੇ ਨਾ ਤੇ ਮੇਰਾ ਲਿਆ। ਭਾਵੇਂ ਪੰਛੀ ਦੀ ਗੱਲ ਹੈ, ਭਾਵੇਂ ਮੱਛੀ ਦੀ ਗੱਲ ਹੈ, ਭਾਵੇਂ ਪੱਥਰ ਦੀ ਗੱਲ ਹੈ, ਭਾਵੇਂ ਦੀਵੇ ਦੀ ਗੱਲ ਹੈ, ਭਾਵੇਂ ਗਾਵਾਂ ਦੇ ਵਗ ਦੀ ਗੱਲ ਹੈ, ਉਦਾਹਰਨਾਂ ਸਾਰੀਆਂ ਦੇ ਕੇ ਸਮਝਾਇਆ ਮਨੁੱਖਾਂ ਤੇ ਨਹੀਂ ਹੈ ਤੇ ਮਨੁੱਖਾਂ ਦਾ ਮੇਰੇ ਵਰਗਾ ਹੋਰ ਕੋਈ, ਉੱਚੀ ਬੋਲੋ ਜੀ। ਅੱਛਾ, ਤੁਹਾਡੇ ਚੋਂ ਕਈ ਵੀਰ ਭੈਣਾਂ ਬਾਣੀ ਪੜ੍ਹਨ ਵਾਲੇ ਬੈਠੇ ਹੋਏ ਨੇ, ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਨਾ ਕਿਤੇ ਵੀ ਮਨੁੱਖ ਦੀ ਉਦਾਹਰਨ ਦੇ ਕੇ ਕਿਸੇ ਜਾਨਵਰ ਨੂੰ ਨਹੀਂ ਸਮਝਾਇਆ। ਸਿਆਣਾ ਤੇ ਮਨੁੱਖ ਸੀ ਨਾ। ਆਕਾਸ਼ ਵਿੱਚ ਉੱਡਣ ਵਾਲੇ ਪੰਛੀ, ਧਰਤੀ ਤੇ ਤੁਰਨ ਵਾਲੇ ਜਾਨਵਰ, ਪਾਣੀ 'ਚ ਰਹਿਣ ਵਾਲੇ ਜੀਵ, ਇਹਨਾਂ ਦੀਆਂ ਉਦਾਹਰਨਾਂ ਦੇ ਕੇ ਸਮਝਾਇਆ ਕਿਹਨੂੰ ਹੈ ਜੀ, ਬੋਲੋ ਬੰਦੇ ਨੂੰ। ਤੇ ਫਿਰ ਜੇ ਸਮਝਿਆ ਨਹੀਂ ਫਿਰ ਕਹਿਣਾ ਪਿਆ ਮਹਾਰਾਜ ਨੂੰ ਕਰਤੂਤ ਪਸ਼ੂ ਕੀ, ਵੀ ਕੰਮ ਤੇਰੇ ਪਸ਼ੂਆਂ ਵਾਲੇ, ਸ਼ਕਲ ਤੇਰੀ ਬੰਦਿਆਂ ਵਾਲੀ। ਹੁਣ ਗੁਰੂ ਨਾਨਕ ਸਾਹਿਬ ਮਹਾਰਾਜ ਇੱਥੇ ਕੀ ਕਹਿ ਰਹੇ ਨੇ, ਕਹਿੰਦੇ ਮੱਛੀ ਤਾਰੂ ਕਿਆ ਕਰੇ। ਪਰਮੇਸ਼ਰ ਦਾ ਜਿਹੜਾ ਗਿਆਨ ਹੈ ਇਹ ਸਾਗਰ ਦੀ ਨਿਆਈ ਹੈ। ਬਾਣੀ ਵਿੱਚ ਇੰਝ ਵੀ ਕਿਹਾ ਕਿ ਮਾਲਕ ਜੀ ਤੁਸੀਂ ਵੀ ਸਮੁੰਦਰ ਹੋ ਤੇ ਮੈਂ ਵੀ ਸਮੁੰਦਰ ਹਾਂ, ਪਰ ਇੱਕ ਫਰਕ ਹੈ, ਤੁਸੀਂ ਗੁਣਾਂ ਦੇ ਸਮੁੰਦਰ ਹੋ, ਮੈਂ ਉਗਣਾਂ ਦਾ ਸਮੁੰਦਰ, ਤੂੰ ਸਾਗਰ ਹੋ ਰਤਨਾਗਰ ਹੋ, ਮੈਂ ਜਿਹੀ ਘਣ ਚੇਰੀ ਰਾਮ, ਜੇ ਤਾਂ ਸਮੁੰਦ ਸਾਗਰ ਤੇਤੇ ਔਗਣ ਹਮਾਰਾ। ਤੋ ਗੁਰੂ ਨਾਨਕ ਸਾਹਿਬ ਮਹਾਰਾਜ ਇੱਥੇ ਬਖਸ਼ਿਸ਼ ਕਰ ਰਹੇ ਨੇ, ਕੁੱਤੇ ਚੰਦਨ ਲਾਈ ਹੈ। ਹੁਣ ਤੁਸੀਂ ਕੂਕਰ ਨੂੰ ਜਿੰਨਾ ਮਰਜ਼ੀ ਚੰਦਨ ਲਾਈ ਜਾਓ, ਭੀ ਸੋ ਕੁੱਤੀ ਧਾਤ, ਉਹਦਾ ਸੁਭਾਅ, ਉਹਦੀਆਂ ਆਦਤਾਂ ਚੰਦਨ ਮਲ ਨਾਲ ਠੀਕ ਨਹੀਂ ਹੋਣਗੀਆਂ। ਇੱਥੇ ਚੰਦਨ ਕੀ ਹੈ? ਗੁਰਬਾਣੀ ਦਾ ਉਪਦੇਸ਼, ਗੁਰਬਾਣੀ ਦੀ ਵਿਚਾਰ। ਕੁੱਤਾ, ਕੁੱਤਾ ਬਾਣੀ 'ਚ ਕਿਹਨੂੰ ਆਖਿਆ? ਮਨੁੱਖ ਦੇ ਸੁਭਾਅ ਨੂੰ, ਲਾਲਚ ਨੂੰ। ਗੁਰੂ ਨੌਵੇਂ ਪਾਤਸ਼ਾਹ ਜੀ ਨੇ ਕੁੱਤੇ ਦੇ ਦੋਵੇਂ ਸੁਭਾਅ ਪੇਸ਼ ਕੀਤੇ, ਕੂਕਰ ਦੇ ਦੋਵੇਂ ਸੁਭਾਅ ਪੇਸ਼ ਕੀਤੇ। ਜਿੱਥੇ ਵਫਾਦਾਰੀ ਦੀ ਗੱਲ ਕੀਤੀ ਉੱਥੇ ਆਖਿਆ ਕੂਕਰ ਕੋਲੋਂ ਸਿੱਖ ਸਵਾਮੀ ਕੋ ਗ੍ਰਹਿ ਜਿਉਂ ਸਦਾ ਸਵਾਨ, ਤਜਤ ਨਹੀਂ ਨਿਤ। ਤੁਸੀਂ ਵੇਖਿਆ ਆਪਾਂ ਜਦੋਂ ਪਿੰਡਾਂ ਵਿੱਚ ਕਿਤੇ ਘਰ 'ਚ ਪਾਲਤੂ ਕੂਕਰ ਰੱਖਣਾ, ਉਹਨੂੰ ਖੇਤਾਂ 'ਚ ਨਾਲ ਲੈ ਜਾਣਾ ਅਤੇ ਆਪ ਕਈ ਵਾਰੀ ਘਰ ਨਾ ਆਉਣਾ ਅਤੇ ਕੂਕਰ ਪਹਿਲਾਂ ਘਰ ਆ ਜਾਂਦਾ ਸੀ, ਉਹਨੂੰ ਪੂਰੇ ਪਿੰਡ ਵਿੱਚ ਪਤਾ ਹੈ ਕਿ ਮੇਰੇ ਮਾਲਕ ਦਾ ਘਰ ਕਿਹੜਾ। ਅੱਛਾ, ਉਸ ਮਾਲਕ ਦੇ ਘਰ, ਜਿਹੜਾ ਉਹਦਾ ਮਾਲਕ ਹੈ ਉਹਦੇ ਘਰ ਕੋ, ਉਹਦੇ ਤੋਂ ਅਮੀਰ ਰਿਸ਼ਤੇਦਾਰ ਆ ਜਾਏ, ਉਛਾਲ ਮਾਰ ਕੇ ਉਹਦੀ ਕਾਰ ਥੋੜ੍ਹਾ ਬਹਿ ਜਾਂਦਾ, ਉਹਨੂੰ ਖੜਨ ਦੀ ਕੋਸ਼ਿਸ਼ ਵੀ ਕਰੇ, ਉਹ ਕਹਿੰਦਾ ਭਾਵੇਂ ਤੂੰ ਅਮੀਰ ਹੋਏਗਾ ਆਪਣੇ ਘਰ ਹੋਏਗਾ, ਪਰ ਮਾਲਕ ਮੇਰਾ ਇਹ ਹੈ। ਕਹਿੰਦੇ ਇਹ 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 ਵਫਾਦਾਰੀ ਸਿੱਖ ਕਿ ਤੂੰ ਜਿਸ ਦਰ ਦੇ ਉੱਤੇ ਸਿਰ ਝੁਕਾਉਣਾ, ਤੈਨੂੰ ਇੱਥੋਂ ਕੋਈ ਬੋਟੀ ਪਾ ਕੇ ਖਿੱਚਣ ਦੀ ਕੋਸ਼ਿਸ਼ ਕਰੇ, ਤੂੰ ਕਹੇਗਾ ਹੋਏਗਾ ਅਮੀਰ ਆਪਣੇ ਘਰ, ਪਰ ਮਾਲਕ ਮੇਰਾ ਇਹ ਆਹ ਵਫਾਦਾਰੀ, ਆਹ ਬੰਦਗੀ ਹੈ। ਸਵਾਮੀ ਕੋ ਗ੍ਰਹਿ ਜਿਉਂ ਸਦਾ ਸਵਾਨ, ਤਜਤ ਨਹੀਂ ਨਿਤ। ਜਿੱਥੇ ਦੂਜਾ ਸੁਭਾਅ ਪੇਸ਼ ਕੀਤਾ ਉੱਥੇ ਆਖਿਆ ਬਿਰਤਾ ਕਹੋ ਕੌਣ ਸਿਉ ਮਨ ਕੀ, ਲੋਭ ਗ੍ਰਸਿਓ ਦਸੂੰ ਦਿਸ ਧਾਵਤ ਆਸਾ ਲਾਗਿਓ, ਧਨ ਕੀ ਦੁਆਰੈ ਦੁਆਰ ਸਵਾਨ ਜਿਉਂ ਡੋਲਤ, ਨੈ ਸੁਧ ਰਾਮ ਭਜਨ ਕੀ। ਜਿਹੜਾ ਮਾਲਕ ਨੇ ਪਾਲਿਆ ਉਹਦੇ ਗਲ 'ਚ ਪਟਾ ਹੈ, ਉਹ ਘੁੰਮਣ ਜਾਂਦਾ ਨਾਲ ਲੈ ਕੇ ਜਾਂਦਾ ਹੈ, ਉਹ ਬਿਮਾਰ ਹੋ ਜਾਏ ਤੇ ਪਰਿਵਾਰ ਨੂੰ ਇੰਝ ਲੱਗਦਾ ਸਾਡੇ ਪਰਿਵਾਰ ਦਾ ਜੀਵ ਮਾਰ ਹੋ ਗਿਆ। ਇੱਕ ਆਮ ਕੁੱਤੇ ਵੀ ਹੁੰਦੇ ਜਿਹੜੇ ਕਿਸੇ ਦੇ ਹੁੰਦੇ ਹੀ ਨਹੀਂ, ਉਹਨੂੰ ਆਪਾਂ ਪੰਜਾਬੀ 'ਚ ਕਤੀੜ ਸ਼ਬਦ ਵੀ ਬੋਲ ਦਿੰਦੇ ਸੀ, ਉਹਦੇ ਘਰ ਵੀ ਚਲੇ ਗਏ, ਉਹਨੂੰ ਵੀ ਰੋਟੀ ਪੈ ਗਈ, ਉੱਥੋਂ ਚਲੇ ਗਿਆ ਉੱਥੇ ਵੀ ਰੋਟੀ ਪੈ ਗਈ, ਉਹ ਬਿਮਾਰ ਹੋ ਜਾਏ ਉਹਨੂੰ ਵੀ ਹੋਸਪਿਟਲ ਲੈ ਕੇ ਜਾਂਦਾ ਜੀ, ਉਹ ਵਿਚਾਰੇ ਆਪੇ ਚੱਟ ਟੁੱਟ ਕੇ ਆਪਣੇ ਜ਼ਖਮ ਠੀਕ ਕਰ ਲੈਂਦੇ। ਦੋਵੇਂ ਪੱਖ ਪੇਸ਼ ਕੀਤੇ। ਤੋ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਇੱਥੇ ਕਹਿੰਦੇ ਨੇ ਕੁੱਤੇ ਚੰਦਨ ਲਾਈ ਹੈ, ਕੁੱਤੇ ਉੱਤੇ ਤੁਸੀਂ ਜਿੰਨਾ ਮਰਜ਼ੀ ਚੰਦਨ ਲਾਈ ਜਾਓ। ਚੰਦਨ ਕੀ ਹੈ? ਗੁਰਬਾਣੀ ਦਾ ਉਪਦੇਸ਼, ਗੁਰਬਾਣੀ ਦੀ ਵਿਚਾਰ, ਅਤੇ ਕੂਕਰ ਦਾ ਸੁਭਾਅ ਕੀ ਹੈ? ਬੰਦੇ ਦਾ ਅੰਦਰ ਬੈਠਾ ਲਾਲਚ।
ਘੰਟਿਆਂ ਬੱਧੀ ਮਨੁੱਖ ਗੁਰੂ ਦੇ ਕੋਲ ਬੈਠ ਕੇ ਪਾਠ ਕਰਵਾ ਕੇ ਵੀ ਅੰਦਰੋਂ ਲਾਲਚ ਕੁੱਦ ਕੁੱਦ ਕੇ ਪੈ ਜਾਵੇ। ਇਸ ਵਧੇ ਹੋਏ ਲਾਲਚ ਨੇ ਦੁਨੀਆਂ ਨੂੰ ਤਬਾਹੀ ਦੇ ਕੰਢੇ 'ਤੇ ਪਹੁੰਚਾ ਦਿੱਤਾ, ਰਿਸ਼ਤਿਆਂ ਦਾ ਘਾਣ ਕਰਾ ਕੇ ਰੱਖ ਦਿੱਤਾ, ਅੰਮਾ ਜਾਇਆਂ ਦੇ ਕੋਲੋਂ ਕਤਲ ਕਰਾ ਦਿੱਤਾ। ਵਧੇ ਹੋਏ ਲਾਲਚ ਆਪ, ਮੈਂ 10 ਦਿਨ ਪਹਿਲੇ ਦਿਨ ਲੰਘ ਕੇ ਗਿਆ, ਕਿਹੜਾ ਭਲਾ ਰੱਖੜੀ, ਕੀ ਆਉਂਦੇ ਸੀ ਉਹਨੂੰ, ਰਕਸ਼ਾ ਬੰਧਨ, ਹਾਂਜੀ ਹੁਣ ਤਾਂ ਲੰਘ ਚੁੱਕਾ ਹੈ। ਅਤੇ ਮੈਂ ਹੈਰਾਨ ਸੀ ਉਦੋਂ ਮੈਂ ਲਖਨਊ ਸੀ, ਅੱਛਾ ਕਮਾਲ ਦੀ ਗੱਲ ਹੈ, ਜਿਨ੍ਹਾਂ ਦਾ ਦਿਨ ਸੀ ਉਹਨਾਂ ਦੇ ਗੁੱਟਾਂ 'ਤੇ ਘੱਟ ਧਾਗੇ ਸੀ ਅਤੇ ਸਾਡੇ ਪੰਜਾਬੀਆਂ ਦੇ ਸਿੱਖਾਂ ਦੇ। ਅੱਛਾ ਜੇ ਮੰਨ ਲਓ ਭੈਣ ਕਵੇ ਵੀ ਪਿਓ ਦੀ ਜ਼ਮੀਨ ਹੈਗੀ 15 ਕਿੱਲੇ ਅਤੇ 5 ਕੁ ਮੈਨੂੰ ਦੇ ਦੇ, ਫੇਰ ਭਲਾ ਪਿਆਰ ਬਣੂ, ਬੋਲ ਕੇ ਦੱਸਿਓ ਆਪ। ਉਹ ਵੀ ਵਿਚਾਰੀ ਘਰੋਂ ਉੱਠਦੀ ਆ, ਫਿਰ ਸਵੇਰੇ ਡੱਬਾ ਲੈਂਦੀ ਮਠਿਆਈ ਦਾ, ਧਾਗਾ ਲੈਂਦੀ, ਰਿਊ ਇਹ ਹਰ ਸਾਲ ਚੇਤਾ ਕਰਾਉਣਾ ਪੈਂਦਾ ਵੀ ਆਪਾਂ ਭੈਣ ਭਰਾਵਾਂ। ਜਿਨ੍ਹਾਂ ਨੇ ਹਰ ਸਾਲ ਧਾਗੇ ਬੰਨੇ ਅਤੇ ਬਣਾਏ ਉਹ ਤਾਂ ਡੋਲੇ ਆਪ ਦੇ ਆਉਂਦੇ ਰਹੇ ਡਰਦੇ। ਸਰਦਾਰ ਜੱਸਾ ਸਿੰਘ ਆਹਲੋਵਾਲੀਆ, ਸਰਦਾਰ ਜੱਸਾ ਸਿੰਘ ਰਾਮਗੜੀਆ, ਇਹਨਾਂ ਉਹਨਾਂ ਭੈਣਾਂ ਕੋਲੋਂ ਕਦੀ ਧਾਗਾ ਨਹੀਂ ਸੀ ਬਣਾਇਆ ਜਿਨ੍ਹਾਂ ਦੀ ਪੱਤ ਬਚਾ ਕੇ ਉਹਨਾਂ ਨੂੰ ਘਰੋਂ ਕਰੀ ਪਹੁੰਚਾਇਆ ਸੀ। ਅਸੀਂ ਧਾਗੇ ਬਣਾਉਣ ਤੱਕ ਰਹਿ ਗਏ। ਅੱਛਾ ਇੱਕ ਚੀਜ਼ ਹੋਰ ਨੋਟ ਕਰਿਓ, ਕਈਆਂ ਘਰਾਂ 'ਚ ਨਾ ਭੈਣ ਨਾਲੋਂ ਭਰਾ ਛੋਟਾ ਹੁੰਦਾ, ਭੈਣ 10-12 ਸਾਲ ਦਾ ਫਰਕ ਹੁੰਦਾ, 10 ਸਾਲ ਭੈਣ ਵੱਡੀ ਹੈ, ਭਰਾ 10-12 ਸਾਲ ਛੋਟਾ ਹੈ। ਅਤੇ ਉਹ ਭੈਣ ਭਰਾ ਨੂੰ ਨਵਾਉਂਦੀ ਵੀ ਹੈ, ਉਹਦੇ ਕੱਪੜੇ ਵੀ ਪ੍ਰੈੱਸ ਕਰ ਦਿੰਦੀ ਹੈ, ਉਹਦਾ ਹੋਮਵਰਕ ਵੀ ਕਰਾਉਂਦੀ ਹੈ। ਜਦੋਂ ਰੱਖੜੀ ਵਾਲਾ ਦਿਨ ਆਉਂਦਾ, ਭੈਣ 25 ਸਾਲ ਦੀ ਹੈ, ਭਰਾ 15 ਸਾਲ ਦਾ, ਉਹ ਵੀ ਗੁੱਟ 'ਤੇ ਰੱਖੜੀ ਬੰਨ੍ਹ ਕੇ, ਇਹ ਅਹਿਸਾਸ ਹੋ ਰਿਹਾ ਕਿ ਰਕਸ਼ਾ ਬੰਧਨ। ਅਤੇ ਜੇ ਭੈਣ ਪੁੱਛ ਲਵੇ ਮਾਂ ਨੂੰ, ਮਾਂ ਇਹ ਕਾਹਦਾ ਦਿਨ ਹੈ, ਕਹਿੰਦੀ ਪੁੱਤ ਇਹ ਰਕਸ਼ਾ ਬੰਧਨ ਹੈ, ਇਹ ਤੇਰੀ ਰੱਖਿਆ ਕਰਿਆ ਕਰੇਗਾ। ਅਤੇ ਜੇ ਅੱਗੋਂ ਭੈਣ ਇਹ ਕਹੇ ਰੱਖਿਆ ਤੇਰੀ ਹੁਣ ਤੱਕ, ਹੋਮਵਰਕ ਇਹਦਾ ਮੈਂ ਕਰਾਉਂਦੀ ਰਹੀ, ਸਕੂਲ ਇਹਨੂੰ ਮੈਂ ਨਾਲ ਲੈ ਕੇ ਜਾਂਦੀ ਰਹੀ। ਅੱਛਾ ਜੇ ਭੈਣ ਜੱਜ ਹੋਵੇ, ਜੇ ਭੈਣ DC ਹੋਵੇ, ਜੇ ਭੈਣ SSP ਹੋਵੇ, ਲੱਗਦਾ ਨਹੀਂ ਤੁਹਾਨੂੰ ਇਹ ਔਰਤ ਇਹ ਤਿਉਹਾਰ ਔਰਤ ਨੂੰ ਇਹ ਅਹਿਸਾਸ ਕਰਾਉਂਦੇ ਸੀ, ਤੈਨੂੰ ਹਮੇਸ਼ਾ ਕਿਸੇ ਦੀ ਲੋੜ ਹੈ, ਤੂੰ ਆਪਣੀ ਰੱਖੇ ਆਪ ਨਹੀਂ ਕਰ ਸਕਦਾ, ਆਪ ਨਹੀਂ ਕਰ ਸਕਦਾ। ਕਦੀ ਤੈਨੂੰ ਮਾਤਾ ਪਿਤਾ ਦੀ ਸਹਾਇਤਾ ਦੀ ਲੋੜ ਹੈ, ਫਿਰ ਭਰਾਵਾਂ ਦੀ, ਫਿਰ ਪਤੀ ਦੀ, ਤੂੰ ਤਾਂ ਆਪਣੀ ਰੱਖੇ ਆਪ ਕਰ ਹੀ ਨਹੀਂ ਸਕਦੀ। ਇੱਥੇ ਅਸੀਂ ਅਰਦਾਸ, ਮੈਂ ਹੁਣ ਕਈ ਪੁੱਛਣਗੇ ਇਹ 'ਚ ਫਰਕ ਹੀ ਪੈਂਦਾ ਜੀ, ਜੇ ਸਾਲ ਬਾਅਦ ਭੈਣ ਭਰਾ ਧਾਗਾ ਬਣ, ਆਹ ਫਰਕ ਪੈਂਦਾ, ਸੁਣੇ ਹੁਣ ਧਿਆਨ, ਆਹ ਫਰਕ ਪੈਂਦਾ। ਇੱਕ ਬਾਪ ਦੀਆਂ 2 ਧੀਆਂ ਨੇ, ਧਿਆਨ ਨਾਲ ਸੁਣਿਓ ਇਸ ਗੱਲ ਨੂੰ, ਦੋਵੇਂ ਧੀਆਂ ਵਿਆਹਤੀਆਂ, ਇੱਕ ਧੀ ਦੇ ਘਰ ਇੱਕ ਬੇਟੀ ਬੇਟਾ ਹੈ, ਦੂਜੀ ਧੀ ਦੇ ਘਰ ਇਕੱਲੀਆਂ ਬੇਟੀਆਂ ਨੇ। ਜਿੱਦਣ ਇਹ ਦਿਨ ਆਏਗਾ ਨਾ, ਤੁਸੀਂ ਧਾਗਾ ਆਪਣੇ ਪੁੱਤ ਦੇ ਗੁੱਟ 'ਤੇ ਬਣਾ ਕੇ ਉਸ ਭੈਣ ਨੂੰ ਅਹਿਸਾਸ ਕਰਾਉਣਾ ਉਸ ਦਿਨ ਕਿ ਤੇਰੇ 'ਤੇ ਰੱਬ ਦੀ ਕਿਰਪਾ ਨਹੀਂ, ਜੇ ਤੇਰੇ 'ਤੇ ਵੀ ਕਿਰਪਾ ਹੁੰਦੀ ਤੇਰੇ ਘਰ ਵੀ ਇੱਕ ਪੁੱਤ ਹੁੰਦਾ। ਅਤੇ ਜਿਨ੍ਹਾਂ ਘਰ 'ਚ ਔਲਾਦ ਹੁੰਦੀ ਨਹੀਂ, ਉਸ ਦਿਨ ਉਹ ਵਿਚਾਰੇ ਹੋ ਕੇ ਲੈ ਕੇ ਬੋਲੋ, ਉਹ ਕਾਹਦੇ ਤਿਉਹਾਰ ਜਿਹੜੇ ਇੱਕ ਘਰ ਖੁਸ਼ੀ ਲੈ ਕੇ ਆਉਣ ਅਤੇ ਦੂਜੇ ਨੂੰ ਰੋਣ ਲਈ ਮਜਬੂਰ ਕਰ ਦੇਣ, ਉਹ ਕਾਹਦੇ ਤਿਉਹਾਰ? ਨਾਲੇ ਕੀ ਧਾਗਾ ਬੰਨਿਆ ਚੇਤਾ ਰਹਿਣਾ, ਭੈਣ ਅਤੇ ਭਰਾ ਅਸੀਂ, ਰਕਸ਼ਾ ਬੰਧਨ ਹੈ ਜੀ, ਔਰਤਾਂ ਨੂੰ ਅਹਿਸਾਸ ਕਰਾਇਆ ਗਿਆ। ਜ਼ਮੀਨ ਦੇ ਟੁਕੜੇ ਬਦਲੇ ਕਈਆਂ ਭਰਾਵਾਂ ਨੇ ਭੈਣਾਂ ਦੇ ਕਤਲ ਕੀਤੇ ਅਤੇ ਕਈਆਂ ਭੈਣਾਂ ਅਤੇ ਭਣਵਈਆਂ ਨੇ ਆਪਣੇ ਸਕੇ ਰਿਸ਼ਤੇਦਾਰ ਮਾਰੇ। ਇਹ ਤਨ ਸਭੋ ਰਤ ਹੈ, ਰਤ ਬਿਨ ਤਨ ਨਾ ਹੋਏ, ਇਹ ਤਨ ਸਭੋ ਰਤ ਹੈ, ਇਹ ਸਾਰਾ ਜਿਸਮ ਖੂਨ ਨਾਲ ਭਰਿਆ ਪਿਆ, ਪਾਤਸ਼ਾਹ ਦੀ ਬਾਣੀ ਕਹਿੰਦੀ ਹੈ, ਰਤ ਬਿਨ ਤਨ ਨਾ ਹੋਏ, ਪਰ ਜੋ ਸ਼ਹਿ ਰਤੇ ਆਪਣੇ, ਤਿੰਨ ਤਨ ਲੋਭ, ਰਤ ਨਾ ਹੋਏ, ਉਹਨਾਂ 'ਚ ਖੂਨ ਤਾਂ ਹੁੰਦਾ ਪਰ ਲਾਲਚ ਵਾਲਾ ਖੂਨ ਨਹੀਂ ਹੁੰਦਾ। ਉਹ ਜੀ ਮਲਕ ਭਾਗੋ ਦੀ ਰੋਟੀ ਇੱਦਾਂ ਨੱਪੀ ਸੀ ਨਾ, ਰੋਟੀਆਂ ਨੱਪਣੀਆਂ ਪ੍ਰਤੀਕ ਸੀ ਮਹਾਰਾਜ ਦਾ, ਖੂਨ ਨਿਕਲਾ, ਰੋਟੀਆਂ 'ਚੋਂ ਖੂਨ ਨਹੀਂ ਸੀ ਕੱਢਣ ਆਏ, ਦੱਸਣ ਆਏ ਸੀ ਤੇਰੇ ਘਰ ਵਿੱਚ ਪਈ ਹੋਈ ਰੋਟੀ ਵਿੱਚ ਗਰੀਬਾਂ ਦਾ ਖੂਨ ਹੈ, ਅਤੇ ਪਾਈ ਲਾ ਲਓ ਤੇਰੀ ਰੋਟੀ ਦੁੱਧ ਵਰਗੀ ਸਫੇਦ ਹੈ, ਕਿਉਂਕਿ ਬਾਣੀ ਵਿੱਚ ਨਿਰਮਲ ਕਰਮ ਨੂੰ, ਨੇਕ ਕਮਾਈ ਨੂੰ ਦੁੱਧ ਆਖਿਆ, ਭਾਂਡਾ ਧੋਏ, ਬੋਲੋ ਜੀ, ਭਾਂਡਾ ਧੋਏ
बैस धूप देवो तौ दूधे को जावो। दूध कर्म, कर्म शब्द गुरबाणी च बख्शिश लई भी आया है ते कर्म शब्द बाणी च कम्मां लई भी आया है। कक्का रारा मम्मा कर्म, किरत कर्म के उत्थे कर्म दा अर्थ कीते काम है। कर्मखंड की बाणी जोर, उत्थे बख्शिश है प्रकरण मुताबक। गुरु साहब जी इत्थे की कहिंदे ने भला, किन्नी प्यारी उदाहरण दे के समझाया सानू, किन्ने प्यारे बचन कह के सानू समझाया गुरदेव ने, किन्नी प्यारी दात साडी झोली विच पाई गुरदेव महाराज ने कि भांडा धोए बैस धूप देवो तौ दूधे को जावो। दूध कर्म, कर्म मीनिंग की है, जिहड़े तू सवेरे उठ के रात तक ते रात तो लैके सवेर तक कम करदा, ये दुध वर्गे सफेद हो। तौ दूधे को, हुण सियाणे वीर भैणां बैठे जे, दुध एक इदां दी वस्तु है इहदा संबंध हर परिवार नाल जुड़दा। ताड़े घर मझां गावां हैगियां तां वी नहीं हैगियां, तुसीं मुल लैके आओ। ते दुध बारे हर एक नूं नॉलेज है भी जे मैं 5 किलो दुध गर्म करना है, जे उसे पतीले विच मैं पहला सब्जी बनाई है ते बहुत ध्यान नाल उह बर्तन साफ करना, जे एक रंचक मात्र भी विच सब्जी दा कणका रह गया ते दुध खराब होण नूं ज्यादा देर नहीं लगे। बंदे अपनी कमाई, हुण गल गुरु साहब रब की उस्तुति कर रहे हैं पर नाल कहिंदे अपने कम दुध वर्गे चिटे कर, इहो रब की उस्तुति है। कमाई नेक कर, तू कमाई बेईमानी की करके आण के इत्थे कह देवे दाता जी मैनू प्रवान कर लो, ना 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 इत्थे नहीं होना, इत्थे मलक भागो प्रवान कर लिया। बेईमानी होएगी मगर तुरिया फिरेगा, नेक कमाई होएगी लभ के तेरे घर जाएगी। कमाई ने अज बंदे को सब कुछ होने तो बाद बेचैनी क्यों है, अपसेट क्यों है, आवाजार क्यों है? कमाई शुद्ध ने, जिदन कमाई नेक होएगी उदन ऐदा नींद आएगी, एक बारी सोएगा एक बारी उठेगा। गरीब बंदा तुसी वेख्या कई बारी रिक्शे थे भी सौ जांदा, अमीर नींदियां गोलियां लभदा फिरदा। वह डॉक्टर जाके नींद नहीं आती, गरीब नूं यह दवाई लैण दी लोड़ ही नहीं, नींद की दवाई लभदा फिरे। वो तो कम करता माड़ा जिहा परां होके आख लाउंदा ते अपनी नींद पूरी कर लैंदा। तो पातशाह इत्थे कहिंदे ने कुत्ते चंदन लाई है भी सो कुत्ती तात, बोला जे समझाई है। अज बंदा बोला हो चुका है, इन्हां कन्नां तो नहीं, वो कन्न होर ने जिन्हां तो बोला हो गया। अज किसी का दर्द नहीं सुनता, किसी की तकलीफ नहीं सुनती, किसी के एहसास का नहीं पता, बोला जे समझाई है। पढ़िए सिमरत पाठ, पाठ घट हो रहे हैं, कित 14-14 हो रहे हैं, 15-15 हो रहे हैं, इकोतरिया से संपट पाठ हो रहे हैं, पर सुन वाला है नहीं, सुन वाला लभदा ही नहीं। होते बोला जे समझाई है पढ़िए सिमरत पाठ, अंधा चानण रखिए। ये हो ही इन्ना गया, ये लागे भावें 50 दीवे बाल दे ते बाल नहीं रहे। गुरबाणी दीवा है पर ये इन्ना है कि महाराज कहते हम अंधले अंध बिखे बिखराते क्यों चाले गुर चाली। हम अंधले कादे आने बिखे बिख च पै के आने, जदों अखां च लालच आउंदा भरा नूं भरा दिसदा, रिश्तेदार दिसदे ने, जिहदे नाल लावां लैके आया हुंदा उहदा भी कतल कर लग्गिया अंग्रेज नहीं करदा, जिहदे पिछे लड़के लाके आई हुंदी है उहनूं भी जहर देण लग्गिया अंग्रेज नहीं करदा। रिश्तेदारियां दा कान होण लग्गिया देर नहीं लगदी जदों अखां विच लालच दा जहर आउंदा है। इस पक्षों अन्ने आ हम अंधले अंध, बोलो सारे सत्संग जी, मुख वाक है गुरु रामदास पिता का। हम अंधले अंध बिखे बिखराते,
क्यों क्वेश्चन मार्क लाता क्यों? चाल गुर चाली, गुरु जी तुहाडी चाल दे नाल चार ला के किदां तुरीए? तुसी सजाके असी अन्ने, तुसी पुत्रां दीआं लाशां लागों दी लांघे, असी पुत्र पालन वास्ते भरावां नाल बेईमानियां कर बैठे। असी अपना घर बनाउण वास्ते पता नहीं किन्नियां दे नाल धोखे कीते। अन्ने हम अंधले अंध, बिखै बिखराते क्यों चालें गुर चाली? हाँ इको तरीका, सतगुर दया करे सुखदाता हम लावे आपन पाली। गुरसिख मीत चलो गुर चाली, गुरसिख मित्रो गुरु दी चाल दे नाल चार ला के तुरो। जो गुर कहे सोई, बोलो जी सोई। हुण ईमानदारी नाल सोचो, जो गुरु जी कहिंदे ने अज मन रहे हैं? उच्ची बोलो प्यारे, हो नहीं मान रहे ना? तो फिर रोज पढ़िया जा रहा है, सब सिखन को हुक्म है गुरु मान लियो। गुरसिख मीत चलो गुर चाली। अच्छा हुण अच्छा, डॉक्टर जो कहे वो मरीज मने ना, उन्हू हक है आण के डॉक्टर नू कहिंदा मैं ठीक नहीं हो रहा? अच्छा जो डॉक्टर कहे आ ना खाई, आ खाई परहेज ना करे, तो डॉक्टर पूछे जो जो मैं कहना उतो परहेज करना, जो जो मैं कहना खाण ली खाना, कहे नहीं, तो फिर सिर उठ के डॉक्टर, डॉक्टर साहब तंदुरुस्ती बख्शो जी। डॉक्टर कहेगा कह नालों परहेज कर। तो अज सिख नहीं इदा कह रहा, गुरु साहब महाराज सुख शांति बख्शो साढ़े घर। तो जे महाराज अगर कहने भी तुहाडे घर लड़ाई मैं पाई है, लड़ाई तो वधे हुए लालच ने ते वकारा ने पाई है, सही बन जाओ लड़ाई मुक जानी है, सब कुछ सही हो जाना है, तनाव घट जाना है। तो पातशाह की बाणी इत्थे कहिंदी गुरसिख मीत, हे गुरसिख मित्रो चलो गुर चाली, जो गुर कहे सोई भल मानो। तो फिर की होएगा? हर हर कथा निराली। एक एक एरिए च 30 घर आम लोगों के ने, एक घर सिखदा है, वह 29 घर आण के पुछणगे आ जीवन कितों सीखे, इसे कितों सीखे हैं? कमाल का जीवन अज काम ही उल्टा हो गया। कश्मीरी ब्राह्मणा नू विपता पई, वह गुरु नौवें पातशाह को आए, अज सिख का कारोबार ना चले, पंडित नू हाथ विखाउंदा आखो सतनाम श्री। पुत्र अपना, धी अपनी, कारोबार अपना सैट ना हुंदा होवे तो ज्योतिषियां पांदियां सियाणियां को टेवे लवाउंदा फिरदा, हाथ विखाउंदा फिरदा, यह मानसिक रोगों की निशानी है। इनू कहते दीवा, दीवे जिन्ने मर्जी बाल लो, पर जो अखां च लालच आ गया किदा इन्हां दीवियां नू वेख पावांगे? अंधा चानण रखी है, दीवे बड़े 50, दीवा ते एक ही बड़ा हुंदा, एक जगा लो टिकाने सर जगा लो, वो केड़ा दीवा? दीवा मेरा एक नाम, दीवा मेरा एक नाम। परमेश्वर दे नाम नू दीवा बना लो, विच तेल केड़ा? दुख, विच पाया तेल, दुखां दा तेल बना के उस नाम दे दीवे च पा दे, ते जदों चानण हुंदा की सड़दा भला? तेल। ते इत्थे तेल केड़ा? दुख। उन चानना उन सोकिया, ज्यों ज्यों चानण होएगा तेल सड़ी जाएगा, दुख सड़ी जाणगे, ते पिछे की रह जू? है इस तो वड्डी कोई मेडिसन? है इस तो वड्डा कोई सुझाव जिहड़ा पातशाह दे रहे ने सानू? अच्छा इस दीवे ते खर्चा भी कोई नहीं आना, इस दीवे ना कितें अग लगन का भी डर नहीं, ये दीवा अमीर भी जगा सकता है, ये दीवा गरीब भी जगा सकता है, पर असी बाहर बड़े दीवे जगाए, अंदर बोलो जी हनेरा आ रहा। आ दीप माड़ा हुंदी आ, वेखियो अगले महीने जदों अक्तूबर का महीना आना, इत्थे शायद तुसी ना करदे, उदां ते करनगे कई, लक्ष्मी दिखदे, उह चानण करदे, कहिंदे वी चानण वाले घर ही लक्ष्मी आउंदी। उदों तुसी वेखिया गैस स्टेशनां ते पेट्रोल पंपां ते कोठियां दे बाहर वी लड़ियां, ये मनिया गया भी जिहदे घर चानण उहदे घर ही लक्ष्मी आउणी। इत्थों दा ते पता नहीं, पंजाब तुसी वेखिया अद्धी अद्धी रात तां गेट खुले रखदे लोक। अच्छा उदों चोरां नूं बड़ा सौखा हुंदा, उहदे उदां टाइम नाल 8 बजे बंद करन दे, ते अज ते चानण भी रखे इन्हां ने,
ਅੱਛਾ ਹਰ ਬੰਦਾ ਚਾਨਣ ਤਾਂ ਕਰਦਾ ਵੀ ਕਿਤੇ ਇਹ ਨਾ ਹੋਵੇ ਮੇਰਾ ਗੇਟ ਵੇਖ ਕੇ ਲਛਮੀ ਗੁਆਂਢੀਆਂ ਕਰ ਜਾਵੜੇ। ਉਹ ਲਛਮੀ ਤੇ ਕੀ ਆਉਣੀ ਜਿਹੜੀ ਪਰਾਲੀ ਰੱਖੀ ਹੁੰਦੀ ਤੂੜੀ ਰੱਖੀ ਹੁੰਦੀ ਉਹ ਵੀ ਅਸੀਂ ਅੱਗ ਨਾਲ ਖਾੜ ਬਹਿੰਦੇ ਹਾਂ। ਬਾਹਰ ਦੀਵੇ ਨਹੀਂ ਜਗਾਏ ਅਸੀਂ, ਅਸੀਂ ਇਹਨਾਂ ਅਗਿਆਨਤਾ ਦੇ ਵਿੱਚ ਬਹਿ ਗਏ, ਅਸੀਂ ਗੁਰੂ ਦਾ ਉਪਦੇਸ਼ ਛੱਡ ਬੈਠੇ ਜੋ ਸਾਨੂੰ ਗੁਰੂ ਪਾਤਸ਼ਾਹ ਨੇ ਰਾਹ ਦਿੱਤਾ ਸੀ। ਜੋ ਗੁਰ ਕਹੇ ਸੋਈ ਭਲ ਮੰਨੋ, ਹਰ ਹਰ ਕਥਾ ਨਿਰਾਲੀ, ਜੀਵਨ ਦੀ ਕਥਾ ਨਿਰਾਲੀ ਹੋ ਜਾਣੀ ਸੀ। ਅੱਜ ਫਰਕ ਪਤਾ ਕੀ ਪੈ ਰਿਹਾ, ਗੁਰਬਾਣੀ ਦੀ ਵਿਚਾਰ ਕੁਝ ਹੋਰ ਹੈ, ਸਮਾਜ ਕੁਝ ਹੋਰ ਹੈ। ਜਦੋਂ ਗੁਰਬਾਣੀ ਦੀ ਵਿਚਾਰ ਚੱਲਦੀ ਹੈ, ਸਮਾਜ ਵੇਖਦਾ ਵੀ ਇਹ ਗੱਲ ਫਿੱਟ ਨਹੀਂ ਬੈਠ ਰਹੀ ਮੈਨੂੰ, ਕਿਉਂਕਿ ਪੜ੍ਹਿਆ ਨਹੀਂ, ਸੁਣਿਆ ਨਹੀਂ, ਵਿਚਾਰਿਆ ਨਹੀਂ। ਤੋ ਪਾਤਸ਼ਾਹ ਇੱਥੇ ਕਹਿੰਦੇ ਨੇ, ਅੰਧਾ ਚਾਨਣ ਰੱਖੀ ਹੈ, ਦੀਵੇ ਬਣੇ ਪਚਾਸ, ਚੌਣੇ ਸੋਨਾ ਪਾਈ ਹੈ, ਗਾਵਾਂ ਦੇ ਵੱਗ ਅੱਗੇ ਚੌਣੇ ਅੱਗੇ ਤੁਸੀਂ ਸੋਨਾ ਖਿਲਾਰ ਦਿਓ, ਚੁਣ ਚੁਣ ਖਾਵੇ ਘਾਸ। ਹੁਣ ਇੱਥੇ ਗਾਵਾਂ ਕੌਣ? ਬੰਦਿਆ ਤੇਰਾ ਸੁਭਾਅ, ਲਾਵਾਂ ਲਾਗੇ ਕਿੰਨੇ ਜਾਣੇ ਬੈਠੇ ਹੁੰਦੇ ਭਲਾ, ਜੇ ਬਰਾਤ ਸੌ ਜਾਵੇ ਤਾਂ? ਬੋਲੋ ਸਾਧ ਸੰਗਤ ਜੀ। ਅਤੇ ਜਿੱਥੇ ਗਾਉਣ ਵਾਲੀਆਂ ਲੱਗੀਆਂ ਹੁੰਦੀਆਂ ਉੱਥੇ? ਉਹ ਬੋਲੋ ਪਿਆਰੇ ਹੋ। ਅੱਛਾ ਕਮਾਲ ਦੀ ਗੱਲ ਹੈ, ਕਲਾਕਾਰ ਜਿਹੜੇ ਲਾਏ ਹੁੰਦੇ ਨੇ ਉਹਨਾਂ ਨੂੰ ਕਹੀ ਜਾਣਗੇ ਹੋਰ ਗਾ ਜੇ। ਕਿੰਨੇ ਕਲਾਕਾਰ ਪੰਜਾਬ 'ਚ ਮਾਰ ਦਿੱਤੇ ਜਿਹੜੇ ਗਾਉਂਦਿਆਂ ਥੱਕ ਗਏ, ਅਤੇ ਰਾਗੀ ਜੇ ਕਿਤੇ ਇੱਕ ਸ਼ਬਦ ਹੋਰ ਪਾਉਣ ਲੱਗ ਪਏ ਉਹਨੂੰ ਘੜੀ ਵੀ ਖਾਈ ਜਾਣਗੇ, ਬਸ ਕਰ ਜਾ ਹੁਣ ਵੀ ਸਾਰੀ ਬਾਣੀ ਸਾਨੂੰ ਸੁਣਾ ਦੇਣੀ ਹੈ। ਉਹ ਕਹਿੰਦਾ ਪਹਿਲੀ ਬਰਾਤ ਵੀ ਇੰਝ ਹੀ ਕਹਿੰਦੀ ਸੀ, ਕਦੀ ਕਲਾਕਾਰ ਨੂੰ ਵੀ ਆ ਕੇ ਵੀ ਬਸ ਕਰ ਗਿਆ, ਉਹਨੂੰ ਕਹਿੰਦੇ ਹੋਰ ਗਾਓ, ਕਹਿੰਦਾ ਗਲਾ ਬਹਿ ਗਿਆ ਮੇਰਾ। ਇੱਕ ਗਾਣਾ ਦੱਸ ਦਿਓ ਜਿਹੜਾ ਔਰਤ ਦੇ ਅੰਗਾਂ ਤੋਂ ਬਿਨਾਂ ਸ਼ੁਰੂ ਹੁੰਦਾ ਹੋਵੇ ਅਤੇ ਔਰਤ ਦੇ ਅੰਗਾਂ 'ਤੇ ਖਤਮ ਆਣ ਕੇ ਹੁੰਦਾ। ਆਸ਼ਕੀ ਦੇ ਅੱਡੇ ਬਣਾ ਤਰੇ ਲਿਖਣ ਵਾਲਿਆਂ ਅਤੇ ਗਾਉਣ ਵਾਲਿਆਂ ਨੇ, ਵਿਦਿਕ ਅਦਾਰੇ ਆਸ਼ਕੀ ਦੇ ਅੱਡੇ ਬਣਾ ਤਰੇ, ਉਹਨਾਂ ਨੂੰ ਪ੍ਰਮੋਟ ਸਾਡੇ ਵਰਗੇ ਵਿਅਕਤੀਆਂ ਨੇ ਕੀਤਾ, ਨਹੀਂ ਕੀਤਾ ਤਾਂ ਦੱਸ ਦਿਓ। ਗਾਹਕ ਬਣੇ ਅਸੀਂ, ਕਸਟਮਰ ਬਣੇ, ਬੀਜੇ ਵੇਖ ਮੰਗੇ ਅੰਮ੍ਰਿਤ ਵੇਖੋ ਇਹ ਨਿਆਓ। ਜੇ ਅੱਜ ਧੀਆਂ ਸੇਫ ਨਹੀਂ ਪੜ੍ਹ ਪਾ ਰਹੀਆਂ ਉਹਦੇ ਵਿੱਚ ਕਿਤੇ ਨਾ ਕਿਤੇ ਅਸੀਂ ਜ਼ਿੰਮੇਵਾਰ ਹਾਂ, ਇਹ ਮੰਨੋ ਇਸ ਗੱਲ ਨੂੰ। ਯਾਰ ਫਲਾਇਆ ਅਸੀਂ, ਗੁਰੂ ਦੀ ਬਾਣੀ ਸਾਨੂੰ ਕੀ ਕਹਿ ਰਹੀ ਹੈ, ਗੁਰੂ ਨੇ ਕੀ ਉਪਦੇਸ਼ ਦਿੱਤਾ, ਇਹ ਜੀਵਨ ਦੇ ਵਿੱਚੋਂ ਮਨਫੀ ਹੋ ਗਿਆ। ਤਾਂ ਪਾਤਸ਼ਾਹ ਜੀ ਇੱਥੇ ਕੀ ਕਹਿੰਦੇ ਨੇ, ਕਹਿਣ ਲੱਗੇ ਚੌਣੇ ਸੋਨਾ ਪਾਈ ਹੈ, ਚੁਣ ਚੁਣ ਖਾਵੇ ਘਾਸ। ਬਾਣੀ ਦੀਆਂ ਵਿਚਾਰਾਂ ਸੋਨੇ ਵਰਗੀਆਂ ਮਹਿੰਗੀਆਂ, ਕੀਮਤੀ ਹੀਰੇ ਲਾਲ ਜਵਾਹਰਾਤ, ਸਾਨੂੰ ਕਦਰੀ ਨਹੀਂ ਇਸ ਬਾਣੀ ਦੀ। ਸਾਡੇ ਨਾਲ ਤੇ ਉਹ ਕਹਾਣੀ ਵਾਪਰੀ, ਰਤਨ ਮਣੀ ਗੱਲ ਬਾਂਦਰ ਹੈ ਕਿ ਕੀਮ ਨਾ ਜਾਣੇ, ਰਤਨਾਂ ਦੀ ਮਣੀ ਬਾਂਦਰ ਦੇ ਗਲ 'ਚ ਬੰਨਤੀ, ਉਹ ਖੇਡੀ ਜਾਂਦਾ, ਉਹਨੂੰ ਕਿਸੇ ਨੇ ਆਖਿਆ ਤੈਨੂੰ ਪਤਾ ਕਿੰਨਾ ਕੀਮਤੀ ਹੈ, ਕਹਿੰਦਾ ਮੈਨੂੰ ਕੀ ਪਤਾ ਇਸ ਗੱਲ। ਇੰਨਾ ਮਹਿੰਗਾ ਖਜ਼ਾਨਾ ਗੁਰਬਾਣੀ ਦਾ ਸਾਡੇ ਕੋਲ, ਅੱਜ ਕਬਰਾਂ 'ਤੇ ਲਈ ਫਿਰਦਾ, ਅੱਜ ਜਿੱਥੇ ਜ਼ਮੀਨ 'ਤੇ ਕਬਜ਼ਾ ਕਰਨਾ ਉੱਥੇ ਨਾਲ ਚੱਕੀ ਫਿਰਦਾ, ਜੋ ਕੋਈ ਅਗਲਾ ਕਹਿੰਦਾ ਮੁੜ ਕਹਿੰਦਾ ਲੈ ਇਹਨਾਂ ਬੇਦਬੀ ਕਰ ਦਿੱਤੀ ਸਾਡੀ। ਅੱਜ ਸਭ ਤੋਂ ਵੱਡੀ ਸਮੱਸਿਆ ਗੁਰਬਾਣੀ ਜਿੰਦ ਜਾਨ ਸੀ ਸਿੱਖ ਦੀ, ਅੱਜ ਕਿੱਥੇ ਲਿਆ ਕੇ ਸਮਾਜ ਖੜਾ ਕਰ ਦਿੱਤਾ। ਚੌਣੇ ਸੋਨਾ ਪਾਈਏ, ਚੁਣ ਚੁਣ ਖਾਵੇ ਘਾਸ, ਲੋਹਾ ਮਾਰਨ ਪਾਈਏ, ਲੋਹੇ ਵਿੱਚ ਜਿੰਨੀਆਂ ਮੜੀਆਂ ਜੜੀਆਂ ਬੂਟੀਆਂ ਪਾ ਲਓ, ਪਰ ਢਹੇ ਢਲਕੇ ਨਾ ਹੋਏ ਕਪਾਸ, ਉਹਨੇ ਕਪਾਹ ਨਹੀਂ ਬਣ ਜਾਣਾ। ਇੱਥੇ ਲੋਹਾ ਵੀ ਬੰਦੇ ਦਾ ਮਨ, ਪੱਥਰ ਬਣਿਆ ਪਿਆ, ਪੱਥਰ ਕੌਣ ਹੈ? ਕਈ ਪੁੱਛਦੇ ਜੀ ਪੱਥਰ ਜੂਨ ਹੁੰਦੀ ਹੈ, ਕਈ ਪੁੱਛਦੇ ਹਾਂਜੀ ਹੁੰਦੀ ਹੈ ਜੀ, ਕਿਹੜੀ ਹੈ ਪੱਥਰ ਜੂਨ ਭਲਾ? ਪੱਥਰ ਨੂੰ ਤੁਸੀਂ 100 ਸਾਲ ਪਾਣੀ 'ਚ ਰੱਖੋ, 30 ਸਾਲ ਪਾਣੀ 'ਚ ਰੱਖੋ, ਉਹਨੂੰ ਬਾਅਦ 'ਚ ਭੰਨੋ, ਅੰਦਰੋਂ ਗਿੱਲਾ ਹੋਏਗਾ? ਅਤੇ ਉਹ ਬੰਦਾ ਪੱਥਰ ਨਹੀਂ ਜਿਹੜਾ ਕਹਿੰਦਾ ਮੈਨੂੰ 1 ਸਾਲ ਗੁਰਦੁਆਰੇ ਆਉਂਦੇ ਹੋ ਗਿਆ, ਜੇ ਤਾਂ ਅਸਰ ਅਜੇ ਹੋਇਆ ਹੀ ਨਹੀਂ। ਪੱਥਰ ਗੁਰੂ ਸਾਹਿਬ ਦੀ ਬਾਣੀ ਵਿੱਚ ਵਾਰ ਵਾਰ ਇਹ ਸ਼ਬਦ ਵਰਤੇ ਕਿ ਬੰਦਾ ਪੱਥਰ ਹੈ ਜਿਹਦੇ ਉੱਤੇ, ਹੁਣ ਧਿਆਨ ਨਾਲ ਸੁਣਿਓ, ਜਦੋਂ ਆਪਾਂ ਬਾਣੀ ਜਾਂ ਤੁੱਕਾਂ ਪੜ੍ਹਦੇ ਹਾਂ, ਸੂਰਜ ਕਿਰਨ ਮਿਲੇ ਜਲ ਕਾ ਜਲ ਹੂਆ ਰਾਮ। ਬਰਫ ਪਾਣੀ ਦੇ 3 ਰੂਪ ਨੇ, ਠੋਸ ਜਦੋਂ ਆਇਸ ਬਣ ਜਾਂਦੀ ਬਰਫ, ਤਰਲ ਅਤੇ ਜਦੋਂ ਭਾਫ਼ ਬਣ ਜਾਂਦੀ ਆਪਾਂ ਹੀਟ 'ਤੇ ਰੱਖਦੇ ਹਾਂ। ਹੁਣ ਬਰਫ਼ ਲਿਆਉਂਦੀ ਹੈ, ਤੋ ਆਪਾਂ ਨੂੰ ਪਤਾ ਜਦੋਂ ਬਰਫ਼ ਦੀਆਂ ਸਿੱਲੀਆਂ ਆਪਾਂ ਪੰਜਾਬ ਦੇ ਪਿੰਡਾਂ 'ਚ ਲੈ ਕੇ ਆਉਂਦੇ ਸੀ, ਅਗਲੇ ਦਿਨ ਵਾਸਤੇ ਰੱਖਣ ਲਈ ਕੀ ਕਰਨਾ ਪੈਂਦਾ ਸੀ ਭਲਾ? ਉਹਨੂੰ ਬੋਰੀ 'ਚ ਲਪੇਟ ਕੇ ਤੂੜੀ ਵਾਲੇ ਕੋਠੇ 'ਚ ਅੰਦਰ ਰੱਖਦੇ, ਹਵਾ ਨਾ ਲੱਗੇ, ਸੂਰਜ ਦੀ ਕਿਰਨ ਨਾ ਪਵੇ। ਜਿੱਦੀ ਬਰਫ਼ ਸਖ਼ਤ ਹੈ, ਬਰਫ਼ ਉਦੋਂ ਹੀ ਕੰਮ ਆਉਂਦੀ ਜਦੋਂ ਪਾਣੀ ਬਣਦੀ ਹੈ, ਸਿੱਧੀ ਬਰਫ਼ ਡਾਇਰੈਕਟ ਕੰਮ ਨਹੀਂ ਆਉਂਦੀ। ਉਹ ਪਾਣੀ ਬਣਦੀ ਹੈ, ਪੀਣ ਦੇ ਕੰਮ ਆਊਗੀ, ਕੱਪੜੇ ਧੋਣ ਦੇ ਕੰਮ ਆਏਗੀ, ਨਹਾਉਣ ਦੇ ਕੰਮ ਆਏਗੀ। ਇਹ ਮਨ ਬਰਫ਼ ਦੀ ਤਰ੍ਹਾਂ ਸਖ਼ਤ ਹੋ ਚੁੱਕਾ ਹੈ,
ਸੂਰਜ ਕਿਰਨ ਮਿਲੀ। ਗੁਰੂ ਦੇ ਗਿਆਨ ਦਾ ਸੂਰਜ ਦੀਆਂ ਕਿਰਨਾਂ ਜਦੋਂ ਇਸ ਮੇਰੇ ਮਨ ਬਰਫ਼ ਉੱਤੇ ਠੋਸ 'ਤੇ ਪੈਂਦੀਆਂ ਨੇ, ਜਲ ਕਾ ਜਲ ਇਹ ਫਿਰ ਪਾਣੀ ਬਣ ਜਾਂਦਾ ਹੈ। ਇਹ ਪੀਣ ਦੇ ਵੀ ਕੰਮ ਆਉਂਦਾ ਹੈ, ਇਹ ਨਹਾਉਣ ਦੇ ਵੀ ਕੰਮ ਆਉਂਦਾ ਹੈ, ਇਹ ਮਾਂ ਦੀ ਸੇਵਾ ਕਰਨ ਦੇ ਵੀ ਕੰਮ ਆਉਂਦਾ ਹੈ, ਇਹ ਸਮਾਜ ਦਾ ਭਾਰ ਚੁੱਕਣ ਦੇ ਵੀ ਕੰਮ ਆਉਂਦਾ ਹੈ। ਦਾਤਾ ਜੀ, ਅਜੇ ਮੇਰਾ ਮਨ ਸਖਤ ਬਰਫ਼ ਬਣਿਆ ਪਿਆ ਹੈ, ਕਿਉਂਕਿ ਮੈਂ ਗੁਰੂ ਗਿਆਨ ਦੇ ਸੂਰਜ ਦੀਆਂ ਕਿਰਨਾਂ ਉੱਤੇ ਪੈਣ ਦੇਣਾ ਨਹੀਂ ਚਾਹੁੰਦਾ, ਸਖਤ ਹੋਇਆ ਪਿਆ। ਸੂਰਜ ਕਿਰਨ ਮਿਲੇ ਜਲ ਕਾ ਜਲ ਹੂਅਰ। ਤੋ ਗੁਰਦੇਵ ਪਿਤਾ ਮਹਾਰਾਜ ਇੱਥੇ ਕਹਿੰਦੇ, ਨਾਨਕ ਮੂਰਖ ਇਹ ਗੁਣ ਬੋਲੇ ਸਦਾ ਵਿਨਾਸ਼। ਅਗਲਾ ਸਲੋਕ, ਕਹਿਹਾ ਕੰਚਨ ਟੁੱਟੈ ਸਾਰ, ਅਗਨੀ ਗੰਢ ਪਾਏ ਲੋਹਾਰ। ਕਹਿ ਦਾ ਭਾਂਡਾ ਟੁੱਟ ਜਾਏ। ਅੱਛਾ, ਕਹਿ ਸੋਨਾ ਅਤੇ ਲੋਹਾ ਇਹ ਤਿੰਨੇ ਧਾਤਾਂ ਨੂੰ ਜੋੜਨ ਵਾਲਿਆਂ ਦੇ ਨਾਂ ਅਲੱਗ ਅਲੱਗ ਹੈ। ਸੋਨੇ ਦਾ ਕੰਮ ਕਰਨ ਵਾਲੇ ਨੂੰ ਕੀ ਕਹਿੰਦੇ ਆਪਾਂ? ਸੁਨਿਆਰ। ਲੋਹੇ ਦਾ ਕੰਮ ਕਰਨ ਵਾਲੇ ਨੂੰ ਕੀ ਕਹਿੰਦੇ ਆ? ਅਤੇ ਕਹਿ ਦੇ ਭਾਂਡੇ ਨੂੰ ਜੋੜਨ ਵਾਲੇ ਨੂੰ ਕੀ ਕਹਿੰਦੇ ਸੀ? ਠਠਿਆਰ। ਤੁਸੀਂ ਵੇਖਿਓ ਪਿੰਡਾਂ ਵਿੱਚ ਜਦੋਂ ਠਠਿਆਰ ਆਉਂਦੇ ਸੀ, ਉਹ ਭਾਂਡਿਆਂ ਨੂੰ ਕਲੀ ਵੀ ਕਰਦੇ ਸੀ, ਜੇ ਭਾਂਡਾ ਟੁੱਟਾ ਹੋਣਾ ਜੋੜ ਲਾ ਦੇਣਾ ਉਹਨਾਂ ਨੇ। ਇਹ ਤਿੰਨੇ ਧਾਤਾਂ ਨੂੰ ਜੋੜਨ ਲਈ ਕੀ ਚਾਹੀਦੀ ਹੈ? ਅੱਗ। ਸੋਨਾ ਜੋੜਨ ਵਾਸਤੇ ਵੀ ਅੱਗ ਚਾਹੀਦੀ ਹੈ। ਲੋਹਾ, ਸੰਗਲ ਟੁੱਟ ਜਾਣਾ ਕਿਸੇ ਮੱਝ ਗਾਂ ਦਾ, ਕੋਈ ਚੀਜ਼ ਕਈ ਟੁੱਟ ਜਾਣੀ, ਕੋਈ ਦਾਤੀ ਟੁੱਟ ਜਾਣੀ, ਉਹਦੇ ਵਾਸਤੇ ਵੀ ਅੱਗ ਨਾਲ ਟੰਕਾ ਲੱਗਦਾ। ਗੁਰੂ ਕਿਉਂਕਿ ਬਾਣੀ ਕਾਵਿ ਰੂਪ 'ਚ ਹੈ, ਧਿਆਨ ਨਾਲ ਸੁਣੋ ਇਸ ਗੱਲ ਨੂੰ। ਇੱਥੇ ਕਹਿੰਦੇ ਕਹਿਹਾਂ, ਕਹਿ ਦਾ ਭਾਂਡਾ ਟੁੱਟ ਗਿਆ, ਕੰਚਨ ਸੋਨਾ ਟੁੱਟ ਗਿਆ, ਸਾਰ ਕਹਿੰਦੇ ਲੋਹੇ ਨੂੰ ਤਿੰਨੇ ਧਾਤਾਂ ਟੁੱਟ ਗਈਆਂ, ਅਤੇ ਅਗਨੀ ਗੰਢ ਅੱਗ 'ਤੇ ਰੱਖ ਕੇ ਪਾਏ ਲੁਹਾਰ। ਇੱਥੇ ਲੁਹਾਰ ਸ਼ਬਦ ਕਾਰੀਗਰ ਹੈ, ਕਿਉਂਕਿ ਕਾਵਿ ਰੂਪ 'ਚ ਹੈ ਨਾ ਬਾਣੀ, ਕਿਉਂਕਿ ਹੁਣ ਸੋਨੇ ਦਾ ਕੰਮ ਕਰਨ ਵਾਲੇ ਨੂੰ ਆਪਾਂ ਲੁਹਾਰ ਥੋੜ੍ਹਾ ਕਹਿੰਦੇ ਹਾਂ, ਨਾ ਕਹਿੰਦੇ ਭਾਂਡੇ ਦਾ ਕੰਮ ਕਰਨ ਵਾਲੇ ਨੂੰ ਆਪਾਂ ਲੁਹਾਰ ਕਹਿੰਦੇ ਹਾਂ, ਪਰ ਇੱਥੇ ਕਾਵਿ ਰੂਪ 'ਚ ਲੁਹਾਰ ਸ਼ਬਦ ਬੋਲ ਲਿਖ ਦਿੱਤਾ, ਅਤੇ ਲੁਹਾਰ ਦਾ ਅਰਥ ਇੱਥੇ ਹੈ ਕਾਰੀਗਰ। ਬੋਲੋ ਜੀ, ਕੀ ਹੈ? ਕਾਰੀਗਰ, ਕਿਉਂਕਿ ਕਾਵਿ ਰੂਪ 'ਚ ਬਾਣੀ ਹੈ। ਅੱਗੇ ਆ ਗਿਆ ਗੋਰੀ ਛੇਤੀ ਟੁੱਟੈ ਪਤਾਰ। ਪਤਾਰ ਮੀਨ ਪਤੀ, ਗੋਰੀ ਮੀਨ ਇਸਤਰੀ, ਛੇਤੀ ਮੀਨ ਨਾਲ। ਪਤੀ ਪਤਨੀ ਦੀ ਆਪਸ ਵਿੱਚ ਅਣਬਣ ਹੋ ਗਈ, ਪਤਨੀ ਆਪਣੇ ਪੇਕੇ ਚਲੇ ਗਈ, ਪਤੀ ਆਪਣੇ ਘਰ ਰਹਿ ਗਿਆ, ਬੱਚੇ ਹੋਏ ਸੀ। ਬੱਚਿਆਂ ਦੁਆਰਾ 2 ਸਾਲ 3 ਸਾਲ 4 ਸਾਲ 5 ਸਾਲ 10 ਸਾਲ ਬਾਅਦ ਬੱਚਿਆਂ ਨੇ, ਜੇ ਪਿਤਾ ਕੋਲ ਸੀ ਉਹਨਾਂ ਨੂੰ ਮਾਂ ਦੀ ਕਮੀ ਮਹਿਸੂਸ ਹੋਈ, ਜੇ ਮਾਂ ਕੋਲ ਸੀ ਉਹਨਾਂ ਨੂੰ ਪਿਤਾ ਦੀ ਕਮੀ ਮਹਿਸੂਸ ਹੋਈ, ਅਤੇ ਬੱਚਿਆਂ ਦੁਆਰਾ ਜੇ ਪੁੱਤ ਸੀ, ਪੁੱਤ ਦੁਆਰਾ ਪਤੀ ਪਤਨੀ 'ਚ ਫਿਰ ਗੰਢ ਪੈ ਗਈ, ਮਿਲ ਪਏ। ਹੁਣ ਜੇ ਕਿਸੇ ਘਰ ਪੁੱਤ ਨਾ ਹੋਵੇ, ਇਕੱਲੀਆਂ ਧੀਆਂ ਹੋਣ, ਅਤੇ ਉੱਥੇ ਅਰਥ ਆਏਗਾ, ਜਿਵੇਂ ਲੁਹਾਰ ਸ਼ਬਦ ਸਾਂਝਾ ਆ ਗਿਆ ਇੱਥੇ, ਉੱਥੇ ਫਿਰ ਇਹ ਅਰਥ ਆਏਗਾ ਧੀ ਵਾਸਤੇ। ਧੀ ਨੇ ਮਾਂ ਬਾਪ ਫਿਰ ਇਕੱਠੇ ਕਰ ਦਿੱਤੇ। ਹੁਣ ਜਿੱਥੇ ਕਰ ਦਿੱਤੇ, ਧੀ ਵੀ ਹੈ ਨਹੀਂ, ਪੁੱਤ ਵੀ ਹੈ ਨਹੀਂ, ਉੱਥੇ ਫਿਰ ਆਏਗਾ ਪਰਿਵਾਰ। ਉਹ ਜਿਹੜਾ ਕੁੜਮ ਸ਼ਬਦ ਕਿੱਥੋਂ ਬਣਿਆ ਸੀ ਭਲਾ? ਤੁਹਾਡੇ ਜਿਹੜੇ ਪੜ੍ਹਦੇ ਨੇ, ਕੁੜਮ ਸ਼ਬਦ ਬਣਿਆ ਸੀ ਕੁਤੰਬ ਤੋਂ। ਲੜਕੀ ਦਾ ਪਿਤਾ ਅਤੇ ਲੜਕੇ ਦਾ ਪਿਤਾ ਦੋਵੇਂ ਆਪਸ ਵਿੱਚ ਕੀ ਹੁੰਦੇ ਨੇ? ਬੋਲੋ ਪਿਆਰਿਓ, ਕੁੜਮ। ਜਾਣੀ ਕਿ ਇਹ ਵੀ ਕੁਟੰਬ ਦਾ ਮੁਖੀ ਹੈ ਅਤੇ ਉਹ ਵੀ ਕੁਟੰਬ ਦਾ ਮੁਖੀ ਹੈ। ਕੁਟੰਬ ਤੋਂ ਕੁੜਮ ਸ਼ਬਦ ਬਣਿਆ, ਵੀ ਇਹ ਵੀ ਕੁਟੰਬ ਦਾ ਮੁਖੀ ਅਤੇ ਇਹ ਵੀ ਕੁਟੰਬ ਦਾ ਮੁਖੀ, ਆਪਸ ਵਿੱਚ ਹੁਣ ਮਿਲਣ ਲੱਗੇ ਨੇ, ਮਿਲਾਪ ਹੋ ਰਿਹਾ ਹੈ। ਤੋ ਇੱਦਾਂ ਹੀ ਇੱਥੇ ਕਿਹਾ, ਗੋਰੀ ਛੇਤੀ ਟੁੱਟੈ ਪਤਾਰ, ਗੋਰੀ ਛੇਤੀ ਟੁੱਟੈ ਪਤਾਰ, ਪਤੀ ਪਤਨੀ। ਕਈਆਂ ਘਰਾਂ 'ਚ ਤਲਾਕ ਹੋ ਗਏ, ਅਦਾਲਤਾਂ ਨੇ ਤਲਾਕ ਦੇ ਦਿੱਤੇ, ਪਰ ਬੱਚਿਆਂ ਨੇ ਫਿਰ ਮਾਂ ਬਾਪ ਇਕੱਠੇ ਕਰ ਦਿੱਤੇ। ਕਈਆਂ ਘਰਾਂ 'ਚ ਬੱਚੇ ਨਹੀਂ ਸੀ ਹੈਗੇ, ਉੱਥੇ ਪਰਿਵਾਰਾਂ ਨੇ ਜੋੜ ਦਿੱਤੇ, ਦੋਸਤਾਂ ਮਿੱਤਰਾਂ ਨੇ ਕਹਿ ਦਿੱਤਾ, ਜ਼ਿੰਦਗੀ ਇੱਦਾਂ ਲੰਘਣੀ ਨਹੀਂ ਹੈ। ਇਸ ਇਹਨਾਂ ਸ਼ਬਦਾਂ ਦੇ ਅਰਥ ਸੀ ਪਤੀ ਪਤਨੀ ਦਾ ਆਪਸ ਜੋੜ ਪੈ ਗਿਆ, ਪਰ ਸਾਡੇ ਕੀ ਅਰਥ ਕਰਦੇ ਜੀ ਇਹਦੇ? ਭਲੇ ਕਿਸੇ ਘਰ ਪੋਤਰਾ ਹੋਇਆ ਹੋਵੇ, ਪੁੱਤਰ ਹੋਇਆ ਹੋਵੇ, ਅਤੇ ਪੁੱਤੀ ਗੰਢ, ਉਹ ਫਿਰ ਘਰ ਦੇ ਬੜੇ ਖੁਸ਼ ਹੁੰਦੇ, ਲਓ ਜੀ ਆਪਣੀ ਤਾਂ ਗੰਢ ਸੰਸਾਰ ਨਾਲ, ਪੁੱਤਰਾਂ ਨਾਲ ਗੰਢ ਨਹੀਂ ਪੈਂਦੀ। ਇਸ ਗੱਲ ਨੂੰ ਸੁਣਿਓ, ਜੇ ਪੁੱਤਰਾਂ ਨਾਲ ਗੰਢ ਪੈਂਦੀ ਤਾਂ ਭਾਗਾਂ ਵਾਲਿਓ, ਇੱਥੇ ਤੁਹਾਨੂੰ ਦੁਨੀਆ 'ਤੇ ਹਜ਼ਾਰਾਂ ਉਦਾਹਰਣਾਂ ਇੱਦਾਂ ਦੀਆਂ ਮਿਲ ਜਾਣਗੀਆਂ ਜਿੰਨਾਂ ਘਰਾਂ 'ਚ ਔਲਾਦ ਨਹੀਂ ਸੀ, ਅੱਜ ਵੀ ਦੁਨੀਆ ਯਾਦ ਕਰਦੀ ਹੈ। ਹੁਣ ਦੱਸਿਓ, ਬੇਬੇ ਨਾਨਕੀ ਨੂੰ ਯਾਦ ਉਹਨਾਂ ਦੀ ਔਲਾਦ ਕਰਕੇ ਕਰਦੇ ਹਾਂ? ਉਹਨਾਂ ਦੇ ਘਰ 'ਤੇ ਨਾ ਧੀ ਸੀ ਨਾ ਪੁੱਤ ਸੀ। ਬੇਬੇ ਨਾਨਕੀ ਦਾ ਆਪਣਾ ਜੀਵਨ ਹੀ ਐਡਾ ਉੱਚਾ ਸੀ ਕਿ ਬਿਨਾਂ ਔਲਾਦ ਤੋਂ ਵੀ ਅੱਜ ਦੁਨੀਆ ਉਹਨਾਂ ਨੂੰ ਯਾਦ ਕਰਦੀ ਹੈ। ਇੱਥੇ ਦੋ ਦੋ ਤਿੰਨ ਤਿੰਨ
ਪੁੱਤਰਾਂ ਦੀਆਂ ਮਾਵਾਂ ਵਿਚਾਰੀਆਂ ਬਿਰਧ ਆਸ਼ਰਮਾਂ ਵਿੱਚ ਰਾਤਾਂ ਕੱਟ ਰਹੀਆਂ ਨੇ, ਰੋਟੀ ਤੱਕ ਨਸੀਬ ਨਹੀਂ ਹੋ ਰਹੀ, ਕਈਆਂ ਨੇ ਆਪਣੇ ਮਾਂ ਬਾਪ ਵੰਡ ਲਏ। ਵੱਡਾ ਭੈਣ ਨੂੰ, ਵੱਡਾ ਮਾਂ ਨੂੰ ਰੱਖੇਗਾ, ਛੋਟਾ ਪਿਓ ਨੂੰ ਰੱਖੇਗਾ। ਜਨਮ ਦਿਨ ਮਨਾਉਂਦੇ ਹਾਂ, ਫਿਰ ਅਸੀਂ ਖੁਸ਼ੀਆਂ ਮਨਾਉਂਦੇ ਹਾਂ, ਧੀਆਂ ਦੇ ਸਾਹਮਣੇ ਕਹੀ ਜਾਣਗੇ, ਕਿਤੇ ਰੱਬ ਸਾਡੀ ਵੀ ਸੁਣੇਗਾ। ਇਹਦਾ ਮਤਲਬ ਅਸੀਂ ਪੁੱਤਰ ਨੂੰ ਅਹਿਮੀਅਤ ਦਿੱਤੀ। ਧਿਆਨ ਨਾਲ ਸੁਣਿਓ, ਜਿੰਨੇ ਡੇਰੇ ਨੇ ਪੁੱਤਰਾਂ ਦੀਆਂ ਅਰਦਾਸਾਂ, ਇੱਥੋਂ ਦੁੱਧ ਮਿਲਦਾ, ਇੱਥੋਂ ਪੁੱਤ ਮਿਲਦਾ, ਕਿਸੇ ਨੇ ਇਹ ਵੀ ਲਿਖਿਆ ਇੱਥੋਂ ਧੀ ਮਿਲਦੀ ਹੈ, ਇੱਥੋਂ ਆਹ ਚੀਜ਼ ਮਿਲਦੀ ਹੈ। ਕਲਗੀਧਰ ਪਾਤਸ਼ਾਹ ਨੇ ਚਾਰੇ ਦੇ ਚਾਰੇ ਸਾਹਿਬਜ਼ਾਦੇ ਸਾਡੇ ਤੋਂ ਵਾਰ ਕੇ ਸਾਨੂੰ ਆਪਣੀ ਕੁੱਲ ਬਣਾ ਦਿੱਤੀ। ਸਰਦਾਰ ਸ਼ਵੇਕ ਸਿੰਘ ਦਾ ਸਾਹਿਬਜ਼ਾਦਾ ਸ਼ਾਬਾਸ਼ ਸਿੰਘ ਜਦੋਂ ਦੋਵਾਂ ਪਿਓ ਪੁੱਤਰਾਂ ਨੂੰ ਚਰਖੜੀ 'ਤੇ ਚਾੜਨ ਲੱਗੇ ਅਤੇ ਜਲਾਦ ਨੇ ਇੱਕ ਸਵਾਲ ਕੀਤਾ, ਉਹ ਸਰਦਾਰ ਸ਼ਵੇਕ ਸਿੰਘ, ਤੇਰਾ ਇੱਕੋ ਹੀ ਸਾਹਿਬਜ਼ਾਦਾ, ਇਹਨੂੰ ਬਚਾ ਲਾ, ਇਸਲਾਮ ਕਬੂਲ ਕਰ ਲਾ, ਇਹਨੂੰ ਇੱਧਰ ਲਿਆ, ਤੇਰੀ ਕੁੱਲ ਚੱਲਦੀ ਰਹੇਗੀ। ਸਰਦਾਰ ਸ਼ਵੇਕ ਸਿੰਘ ਦਾ ਜਵਾਬ ਸੀ, ਹਮ ਕਾਰਨ ਗੁਰ ਕੁੱਲੇ ਗਵਾਈ, ਸਾਡੇ ਕਾਰਨ ਸਾਡੇ ਗੁਰੂ ਨੇ ਆਪਣੀ ਬਿੰਦੀ ਪੁੱਤਰ ਕੁੱਲ ਖਤਮ ਕਰਕੇ ਸਾਨੂੰ ਆਪਣੀ ਕੁੱਲ ਬਣਾ ਲਿਆ। ਹਮ ਕਾਰਨ ਗੁਰ ਕੁੱਲੇ ਗਵਾਈ, ਹਮ ਕੁੱਲ ਰਾਖੇ ਕਮਲ ਵਡਾਈ। ਅਸੀਂ ਆਪਣੀ ਕੁੱਲ ਬਚਾ ਲਈ, ਇਹ 'ਚ ਕਿਹੜੀ ਵਡਿਆਈ ਹੋਏਗੀ। ਇੱਥੇ ਪੁੱਤਰਾਂ ਦੇ ਜਨਮ ਦਿਨ ਮਨਾਏ ਜਾਂਦੇ ਨੇ, ਖੁਸ਼ੀਆਂ। ਮੈਂ ਅੱਜ ਦਿਨੇ ਗੱਲ ਕਰ ਰਿਹਾ ਸੀ, ਆਮ ਲੋਕ ਆਪਣੇ ਜਨਮ ਦਿਨ ਆਮ ਮਨਾਉਂਦੇ ਨੇ, ਜਿਹੜੇ ਖਾਸ ਹੁੰਦੇ ਉਹਨਾਂ ਦੇ ਦੁਨੀਆਂ ਮਨਾਉਂਦੀ ਹੈ। ਗੁਰੂ ਨਾਨਕ ਸਾਹਿਬ ਦਾ ਪ੍ਰਕਾਸ਼ ਪੁਰਬ ਕਦੀ ਮਾਤਾ ਤ੍ਰਿਪਤਾ ਅਤੇ ਮਹਿਤਾ ਕਲਿਆਣ ਦਾਸ ਨੇ ਆਪ ਥੋੜ੍ਹਾ ਮਨਾਇਆ ਹੋਏਗਾ। ਜੀਵਨ ਐਡਾ ਕਮਾਲ ਦਾ, ਜੋ ਦੁਨੀਆਂ ਦਾ ਹਰ ਮਨੁੱਖ ਯਾਦ ਕਰਦਾ ਉਹਨਾਂ ਨੇ। ਅਸੀਂ ਆਪੇ ਕੇਕ ਲਿਆਉਂਦੇ, ਆਪੇ ਕਰਦ ਮਾਰਦੇ ਵਿੱਚ, ਆਪੇ ਮੋਮਬੱਤੀਆਂ ਬਾਲਦੇ ਵਿੱਚ, ਤਗੜਾ ਹੋ ਕੇ ਦੀਵਾ ਗੁੱਲ ਕਰਦੇ। ਜੇ ਮਨਾਉਣਾ ਹੀ ਹੈ ਤਾਂ ਤਰੀਕਾ ਹੈ, ਗੁਰਦੁਆਰੇ ਆਓ, ਕੜਾਹ ਪ੍ਰਸ਼ਾਦੀ ਦੇਗ ਲੈ ਕੇ ਆਓ, ਸਾਰਾ ਪਰਿਵਾਰ ਆਓ, ਇੱਥੇ ਕੋਈ ਪਾਠ ਹੋਵੇ, ਕੋਈ ਗੁਰਬਾਣੀ ਦੀ ਵਿਚਾਰ ਹੋਵੇ, ਬੱਚਾ ਜਾ ਕੇ ਸਕੂਲ ਦੱਸੇ ਅੱਜ ਮੇਰਾ ਜਨਮ ਦਿਨ ਸੀ, ਅਸੀਂ ਸਾਰਾ ਪਰਿਵਾਰ ਗੁਰਦੁਆਰੇ ਗਏ। ਅਤੇ ਸਾਡੇ ਜਿੰਨੇ ਸਾਲ ਹੋਣੀਆਂ ਹੀ, ਉੱਚੀ ਬੋਲੋ ਜੀ, ਅਤੇ ਤਗੜਾ ਹੋ ਕੇ ਪੁੱਤ ਮਾਰ ਫੂਕ ਦੀਵਾ ਕਰਦੇ ਗੁੱਲ ਸਾਡਾ। ਜਦੋਂ ਤੁਸੀਂ ਪੁੱਠਿਆਂ ਕੰਮਾਂ 'ਚ ਤੁਰਨਾ ਤਾਂ ਫਿਰ ਰਾਹ 'ਤੇ ਉਹ ਫੜਨਾ ਹੀ ਫੜਨਾ। ਅਸੀਂ ਜੇ ਮਨਾਉਣਾ ਤਾਂ ਇੱਦਾਂ ਮਨਾਓ ਨਾ ਵੀ ਪੁੱਤ ਸਵੇਰੇ ਧੀ ਦਾ ਸਾਡੀ ਦਾ ਜਨਮ ਦਿਨ ਹੈ, ਸਵੇਰੇ ਆਪਾਂ ਸਾਰਾ ਪਰਿਵਾਰ ਗੁਰਦੁਆਰਾ ਸਾਹਿਬ ਜਾਵਾਂਗੇ, ਉੱਥੇ ਕੜਾਹ ਪ੍ਰਸ਼ਾਦੀ ਦੇਗ ਬਣੇਗੀ, ਉੱਥੇ ਆਪਾਂ ਕੀਰਤਨ ਪਾਠ ਜੋ ਵੀ ਹੋਏਗਾ ਸੁਣਾਂਗੇ, ਸਹਿਜ ਪਾਠ ਹੋਏਗਾ, ਗੁਰਬਾਣੀ ਦੀ ਵਿਚਾਰ ਵਾਲੇ ਬੰਨੇ ਤੁਰੀਏ। ਜੇ ਕੋਈ ਤਰੀਕਾ ਵੀ ਅਪਣਾਉਣਾ ਸੀ ਤਾਂ ਇੱਦਾਂ ਕਰਦੇ, ਸਭ ਕੁਝ ਛੱਡ ਕੇ ਬਹਿ ਗਏ ਅਸੀਂ। ਅਸੀਂ ਸਭ ਕੁਝ ਫਨਾ ਫਿਲਾ ਕਰਕੇ ਰੱਖ ਦਿੱਤਾ। ਤੂੰ ਭਗਤ ਕਬੀਰ ਜੀ ਕੀ ਕਹਿੰਦੇ ਨੇ ਸੁਣਿਓ ਗੱਲ ਧਿਆਨ, ਕਹਿੰਦੇ ਕਿੰਨੇ ਪੁੱਤ ਚਾਹੀਦੇ ਤੈਨੂੰ? ਇੱਕ, ਦੋ, ਤਿੰਨ, ਚਾਰ, ਆ ਤੈਨੂੰ ਉਹ ਘਰ ਵਿਖਾਵਾਂ ਜਿਹਦੇ ਬਾਰੇ ਇੱਕ ਕਹਾਵਤ ਹੈ ਵੀ ਇੱਕ ਲੱਖ ਪੁੱਤਰ ਸੀ ਤੇ ਸਵਾ ਲੱਖ ਪੁੱਤਰ ਸੀ। ਇੱਕ ਲੱਖ ਪੂਤ ਸਾਡੇ ਘਰਾਂ 'ਚ ਨਾ ਬਾਣੀ ਦੀਆਂ ਤਸਵੀਰਾਂ ਚਾਹੀਦੀਆਂ ਸੀ। ਜੇ ਬਾਣੀ ਦੀ ਤਸਵੀਰ ਹੋਵੇ ਨਾ, ਵੇਖੋ ਜਿਹੜਾ ਸਾਈਨ ਬੋਰਡ ਹੁੰਦਾ ਨਾ, ਜਿਹੜਾ ਲਿਖਿਆ ਹੁੰਦਾ, ਉਹ ਬੜਾ ਦਿਮਾਗ 'ਤੇ ਅਸਰ ਕਰਦਾ। ਤੁਸੀਂ ਹੁਣ ਰੋਡ 'ਤੇ ਜਾ ਰਹੇ ਜੇ, ਤੁਹਾਡੀ ਗੱਡੀ 130 ਦੀ ਸਪੀਡ 'ਤੇ ਹੈ, ਸਾਈਨ ਬੋਰਡ ਆ ਰਿਹਾ 100 ਦਾ, ਨਾਲ ਹੀ ਐਕਸੀਲੇਟਰ ਤੋਂ ਪੈਰ ਚੱਕਿਆ ਜਾਣਾ ਜੇ ਉੱਤੇ ਲਿਖੇ ਕੱਖ ਨਾ ਹੋਵੇ। ਜਦੋਂ ਸਕੂਲ ਦਾ ਸਾਈਨ ਬੋਰਡ ਆਉਂਦਾ, ਨਾਲ ਹੀ ਐਕਸੀਲੇਟਰ ਤੋਂ ਪੈਰ ਨਹੀਂ ਚੱਕਿਆ ਜਾਂਦਾ, ਤਾਂ ਲਿਖੇ ਦਾ ਅਸਰ ਹੋਇਆ ਨਾ। ਜੇ ਘਰਾਂ 'ਚ ਗੁਰਬਾਣੀ ਦੀਆਂ ਤੁਕਾਂ ਲਿਖੀਆਂ ਹੁੰਦੀਆਂ, ਸ਼ਬਦਾਂ ਨੂੰ ਲੈਮੀਨੇਸ਼ਨ ਕਰਾ ਕੇ ਲਾਇਆ ਹੁੰਦਾ, ਪੜ੍ਹਦੇ ਸੁਣਦੇ ਕਿਤੇ ਨਾ ਕਿਤੇ ਦਿਮਾਗ 'ਤੇ ਤਾਂ ਅਸਰ ਬਣ ਗਏ। ਬੁੱਤ ਪੂਜਕ ਮਹਾਤਮਾ ਬੁੱਧ ਨੂੰ ਖਤਮ ਕੀਤਾ ਅਗਲੇ ਨੇ, ਪਿੱਛੇ ਪੈ ਗਏ ਹੱਥ ਧੋ ਕੇ, ਕਹਿੰਦਾ ਸੀ ਮੈਂ ਮੂਰਤੀ ਪੂਜਾ ਦੇ ਉਲਟਾਂ। ਅਤੇ ਵਿਪਰਾਂ ਦਾ ਚਿੰਤਾ ਨਾ ਕਰ ਮਹਾਤਮਾ ਬੁੱਧ, ਅੱਖਾਂ ਮੀਟ, ਸਭ ਤੋਂ ਵੱਧ ਬੁੱਤ ਤੇਰੇ ਬਣਾ ਕੇ ਸਮਾਜ ਵਿੱਚ ਪੇਸ਼ ਕਰਾਂਗੇ। ਇਹ ਕੰਮ ਸਾਡੇ ਨਾਲ ਹੋਇਆ, ਜਿਹੜੀ ਗੁਰਬਾਣੀ ਡੰਕੇ ਦੀ ਚੋੜ 'ਤੇ ਕਹਿੰਦੀ ਸੀ ਬੁੱਤ ਪੂਜ ਪੂਜ ਹਿੰਦੂ ਮੂਏ, ਤੁਰਕ ਮੂਏ ਸਰਨਾਈ, ਓਏ ਲੈ ਯਾਰੇ ਓਏ ਲੈ ਗਾਟੇ, ਤੇਰੀ ਗੱਤ ਦੋ ਨਾ ਪਾਈ। ਮਨ ਰੇ ਸੰਸਾਰ ਅੰਧ ਗਹਿਰਾ, ਚੌਂ ਦਿਸ ਪਸਰਿਓ ਹੈ ਜਮ ਜੇਵਰਾ। ਅੱਜ ਮਾਰਿਓ ਧਿਆਨ, ਕਰ ਗੁਰਬਾਣੀ ਦੀ ਕੋਈ ਤਸਵੀਰ ਮਿਲੇਗੀ, ਕੋਈ ਸ਼ਬਦ ਮਿਲੇਗਾ, ਪੜ੍ਹਦੇ ਸੁਣਦੇ ਸਮਝਦੇ ਤੂੰ ਮਨ 'ਤੇ ਅਸਰ ਕਰਦਾ। ਬਾਣੀ 'ਚ ਆਹ ਲਿਖਿਆ, ਬਾਣੀ ਇੰਝ ਕਹਿੰਦੀ ਸਾਨੂੰ। ਤੋ ਪਾਤਸ਼ਾਹ ਇੱਥੇ ਕਹਿੰਦੇ ਨੇ, ਗੋਰੀ ਛੇਤੀ ਟੁੱਟੈ ਪਤਾਰ, ਪੁੱਤੀ ਗੰਢ ਪਵੇ ਸੰਸਾਰ। ਅੱਛਾ, ਆਹ ਤਾਂ ਹੁਣ ਥੋੜ੍ਹਾ ਜਿਹਾ ਫਰਕ ਪਿਆ। ਧੀਆਂ ਨੇ ਆਪਣੀ ਕੁਆਲਿਟੀ, ਆਪਣੇ ਵਿਦਿਆ ਦੇ ਕਰਕੇ ਆਪਣਾ ਮੁੱਲ ਪਵਾਇਆ ਹੈ, ਨਹੀਂ ਤਾਂ ਗੁੱਸਾ ਨਾ ਮਨਾਇਓ।
ਪਹਿਲੇ ਸਕੂਲਾਂ ਵਿੱਚ ਸਕੂਲ ਦੇ ਸਰਟੀਫਿਕੇਟ 'ਤੇ ਮਾਂ ਦਾ ਨਾਂ ਨਹੀਂ ਸੀ ਹੁੰਦਾ, ਸਿਰਫ ਪਿਤਾ ਦਾ ਹੁੰਦਾ ਸੀ। ਅੱਛਾ, ਸਭ ਤੋਂ ਵੱਧ ਮਾਂ ਪਾਲਦੀ ਸੀ ਅਤੇ ਪੋਤਰਾ ਅਤੇ ਪੁੱਤ ਕਿਹਦਾ ਵੱਜਦਾ ਸੀ? ਅਤੇ ਫਲਾਣਾ ਸੌਂਦਾ। ਮਾਂ ਦਾ ਜਿਗਰਾ ਵੇਖੋ, ਉਹ ਵਿਆਹ ਚੱਲੀ ਹੈ, ਜੇ ਕਿਤੇ ਬੱਚੇ ਦੀ ਸਰੀਰ ਦੀ ਕਿਰਿਆ ਵੀ ਉਹਦੇ ਸੂਰਤੀ ਹੋ ਗਈ, ਫਿਰ ਵੀ ਸਹਿਜ ਹੈ, ਉਹਨੂੰ ਸਾਫ਼ ਕਰਦਿਆਂ ਫਿਰ ਖਾਣਾ ਖਾਉਂਦੀ ਹੈ। ਅਤੇ ਜੇ ਕਿਤੇ ਇਹੋ ਕੰਮ ਬਾਪ 'ਤੇ ਹੋ ਜਾਏ ਤਾਂ ਬੁਰ ਕੇ ਦੱਸਿਓ, ਪੰਗਾ ਪੈ ਗਿਆ, ਮੇਰਾ ਪੈਂਟ ਕੋਟ ਖਰਾਬ ਕਰਤਾ, ਸਿਆਪਾ ਪੈ ਗਿਆ, ਲੜਾਈਆਂ ਪੈ ਜਾਂਦੀਆਂ ਘਰਾਂ 'ਚ। ਪੋਤਰਾ ਚਾਹੀਦਾ, ਪੁੱਤ ਚਾਹੀਦਾ, ਸਾਂਭੂ ਕੌਣ? ਪੌਦਾ ਲਾਉਣਾ ਸੌਖਾ, ਉਹਨੂੰ ਦਰਖਤ ਬਣਾਉਣ ਲਈ ਟਾਈਮ ਚਾਹੀਦਾ ਹੈ, ਵਕਤ ਚਾਹੀਦਾ ਹੈ, ਸਮਾਂ ਚਾਹੀਦਾ ਹੈ। ਬਾਬਾ ਫਤਿਹ ਸਿੰਘ ਜੇ ਨੀਹਾਂ 'ਚ ਖਲੋਣ ਤੋਂ ਪਹਿਲਾਂ ਸੂਬੇ ਸਰਹੰਦੀ ਕਚਹਿਰੀ 'ਚ ਉਹਨਾਂ ਨੂੰ ਲਾਜਵਾਬ ਕਰ ਰਹੇ ਨੇ, ਉਹਦੇ ਪਿੱਛੇ ਮਿਹਨਤ ਹੈ, ਉਹਦੇ ਪਿੱਛੇ ਸਿੱਖਿਆ ਹੈ, ਉਹਦੇ ਪਿੱਛੇ ਉਦਾਹਰਨਾਂ ਨੇ। 7 ਸਾਲ ਦੇ ਨੇ ਬਾਬਾ ਫਤਿਹ ਸਿੰਘ। ਸੂਬਾ ਸਰਹੰਦ ਉਸ ਵਕਤ ਮੁੱਖ ਮੰਤਰੀ ਦੀ ਪਾਵਰ ਦਾ ਬੰਦਾ ਹੈ, ਆਮ ਬੰਦੇ ਨੂੰ ਸਿਪਾਹੀ ਸਾਹਮਣੇ ਗੱਲ ਨਹੀਂ ਆਉਂਦੀ। 7 ਸਾਲ ਦੇ ਬਾਬਾ ਫਤਿਹ ਸਿੰਘ ਜੀ ਅੱਖਾਂ 'ਚ ਅੱਖਾਂ ਪਾ ਕੇ ਗੱਲ ਕਰ ਰਹੇ ਨੇ। ਇਹ ਯੁਰਤ, ਇਹ ਕੁਆਲਿਟੀ ਐਵੇਂ ਨਹੀਂ ਆਉਂਦੀ। ਅੰਦਰ ਪੱਲੇ ਆਉਂਦੇ, ਪੱਲੇ ਹੋਵੇ ਸੱਚ ਅਤੇ ਕੋਠੇ ਚੜ੍ਹ ਕੇ, ਅਤੇ ਅੰਦਰ ਝੂਠ ਹੋਵੇ ਅਤੇ ਨਿਆਣਿਆਂ ਨਾਲ ਵੀ ਅੱਖ ਮਿਲਦੀ ਨਹੀਂ, ਸ਼ਰਮ ਨਾਲ ਅੱਖਾਂ ਝੁੱਕ ਜਾਂਦੀਆਂ ਨੇ। ਪਾਤਸ਼ਾਹ ਦੀ ਬਾਣੀ ਕਹਿੰਦੀ ਅੰਦਰ ਯੁਰਤ ਲਿਆ, ਅੰਦਰ ਕੁਆਲਿਟੀ ਲਿਆ, ਅਤੇ ਉਦੋਂ ਆਏਗੀ ਜਦੋਂ ਤੇਰੀ ਸੱਚ ਨਾਲ ਸਾਂਝ ਪੈ ਜਾਏਗੀ। ਗੋਰੀ ਸੇਤੀ ਟੁੱਟੈ ਪਤਾਰ, ਪੁੱਤੀ ਗੰਢ ਪਵੈ ਸੰਸਾਰ, ਰਾਜਾ ਮੰਗੈ ਦਿੱਤੈ ਗੰਢ ਪਾਏ। ਇਹਨਾਂ ਕੰਟਰੀਆਂ 'ਚ ਆਹ ਉਦਾਹਰਨ ਬੜੀ ਸੌਖੀ ਸਮਝੋਗੇ। ਰਾਜਾ ਮੰਗਦਾ, ਯਾਨੀ ਕਿ ਜਿਹਨਾਂ ਕੰਟਰੀਆਂ 'ਚ ਬੈਠੇ ਹੋ ਇਮਾਨਦਾਰੀ ਨਾਲ ਟੈਕਸ ਉਤਾਰੀ ਜਾਓ, ਤੁਹਾਡੀ ਸਰਕਾਰ ਨਾਲ ਬਣੀ ਜਾਣੀ ਹੈ। ਸੌਖਾ ਸਮਝ ਗਈ ਨਾ ਗੱਲ? ਰਾਜਾ ਮੰਗੈ, ਸਰਕਾਰ ਮੰਗਦੀ ਹੈ, ਦਿੱਤੈ, ਇਮਾਨਦਾਰੀ ਨਾਲ ਆਪਣਾ ਟੈਕਸ ਉਤਾਰੀ ਜਾਓ, ਗੰਢ ਪਾਏ ਤੁਹਾਡੀ ਗੰਢ ਪਈ ਜਾਣੀ ਹੈ, ਤੁਹਾਨੂੰ ਕਿਸੇ ਸਿਫਾਰਸ਼ ਦੀ ਲੋੜ ਪੈਣੀ ਨਹੀਂ। ਰਾਜਾ ਮੰਗੈ ਦਿੱਤੈ ਗੰਢ ਪਾਏ, ਭੁੱਖਿਆਂ ਗੰਢ। ਭੁੱਖੇ ਬੰਦੇ ਨੂੰ ਤੁਸੀਂ ਕਹੋ ਵੀ ਕੰਮ ਕਰ, ਉਹਨੂੰ ਭੁੱਖ ਲੱਗੀ ਹੈ, ਉਹਨੂੰ ਕੀ ਦਿਸਦਾ ਭਲਾ? ਰੋਟੀ। ਕਹਿੰਦਾ ਦੇ ਖਾਣ ਨੂੰ, ਸਰੀਰ ਜਾਨ ਉਗੂ ਜਿੰਨਾ ਮਰਜ਼ੀ ਕਰਾ ਲਈ। ਭੁੱਖੇ ਬੰਦੇ ਦੀ ਸਰੀਰ ਨਾਲ ਗੰਢ ਉਦੋਂ ਪੈਣੀ ਜਦੋਂ ਉਹਨੂੰ ਖਾਣ ਲਈ ਮਿਲੇਗਾ। ਭੁੱਖਿਆਂ ਗੰਢ ਪਵੈ ਜਾਂ ਖਾਏ ਕਾਲਾ ਗੰਢ। ਕਾਲਾ, ਕਾਲ ਪੈ ਗਿਆ, ਵਰਖਾ ਨਾ ਹੋਈ। ਕਾਲਾ ਗੰਢ ਨਦੀਆਂ ਮੀਂਹ ਝੋਲ, ਜਦੋਂ ਮੀਂਹ ਪਿਆ ਨਦੀਆਂ 'ਚ ਪਾਣੀ ਆਇਆ, ਨਾਲਿਆਂ 'ਚ ਪਾਣੀ ਆਇਆ, ਅਤੇ ਕਾਲ ਮੁੱਕ ਗਿਆ। ਜਿਹੜੀ ਫਸਲ ਪਾਣੀ ਤੋਂ ਬਿਨਾਂ ਸੜਦੀ ਸੀ ਉਹਨੂੰ ਪਾਣੀ ਮਿਲ ਗਿਆ ਅਤੇ ਫਸਲ ਹਰੀ ਹੋ ਗਈ। ਕਾਲਾ ਗੰਢ ਨਦੀਆਂ ਮੀਂਹ ਝੋਲ, ਗੰਢ ਪ੍ਰੀਤੀ ਮਿੱਠੇ ਬੋਲ। ਮਿੱਠੇ ਬੋਲ ਬੋਲਣ ਨਾਲ ਗੰਢ ਪੈਂਦੀ ਹੈ। ਜ਼ੁਬਾਨ 'ਚ ਵੈਸੇ ਤਾਕਤ ਬੜੀ ਹੈ, ਮਾਸ ਦਾ ਟੁਕੜਾ 'ਚ ਹੱਡੀ ਕੋਈ ਨਹੀਂ ਪਰ ਹੱਡੀਆਂ ਤਾਂ ਲਾ ਦਿੰਦੀ ਕਈ। ਹੈ ਮਾਸ ਦਾ ਟੁਕੜਾ, ਦੰਦਾਂ 'ਚ ਹਜ਼ਾਰ ਵਾਰ ਵੱਜਦੀ ਦਿਨ 'ਚ, ਅਤੇ ਦੰਦ ਉਹਨੂੰ ਕਹਿੰਦੇ ਵੇਖਦਾ ਤੈਨੂੰ ਕੁਝ ਨਹੀਂ ਕਹਿੰਦੇ। ਅਸੀਂ ਅਖਰੋਟ ਚੱਬ ਜਾਂਦੇ ਹਾਂ, ਬਦਾਮ ਚੱਬ ਜਾਂਦੇ ਹਾਂ, ਛੱਲੀਆਂ ਚੱਬ ਜਾਂਦੇ ਹਾਂ, ਗੰਨੇ ਚੂਪ ਲੈਂਦੇ ਹਾਂ, ਪਰ ਤੈਨੂੰ ਕੁਝ ਨਹੀਂ ਕਹਿੰਦੇ। ਵੇਖ ਲਾ ਕੰਪਰੋਮਾਈਜ਼ ਹੈ ਸਾਰਾ, ਸਾਡੀ ਤਾਕਤ ਵੇਖਲਾ ਸਾਡੇ 'ਚ ਕਿੰਨੀ ਹੈ। ਤਾਂ ਜਵਾਨ ਅੱਗੇ ਪਤਾ ਕਹਿੰਦੀ, ਕਹਿੰਦੀ ਮੇਰੇ 'ਚ ਤੁਹਾਡੇ ਤੋਂ ਵੱਧ ਤਾਕਤ ਹੈ। ਉਹ ਕਹਿੰਦੇ ਉਹ ਕਿਵੇਂ? ਕਹਿੰਦੇ ਇਹੋ ਫਰਕ ਹੈ, ਇੱਕ ਸ਼ਬਦ ਹੀ ਮੈਂ ਗਲਤ ਬੋਲਣਾ, ਮੈਂ ਬੋਲ ਕੇ ਅੰਦਰ ਜਾ ਵੜਨਾ, ਉਹਨਾਂ ਤੁਹਾਨੂੰ ਕੱਢ ਕੇ ਬਾਹਰ ਰੱਖ ਦੇਣਾ। ਅੱਜ ਤੱਕ ਲੜਾਈ 'ਚ ਕਿਸੇ ਦੀ ਜ਼ੁਬਾਨ 'ਤੇ ਸੱਟ ਲੱਗੀ ਵੇਖੀ ਕਿਸੇ ਨੇ? ਲੜਾਈ ਜ਼ਬਾਨ ਪਾਉਂਦੀ ਹੈ, ਟੁੱਟਦਾ ਦੰਦ ਹੈ। ਉਹ ਦੰਦ ਵੀ ਫਿਰ ਜ਼ਬਾਨ ਨੂੰ ਕਹਿੰਦੇ ਵੀ ਤੂੰ ਕਿੱਦਾਂ ਦੀ ਚੰਦਰੀ ਹੈ। ਲੜਾਈ ਪਵਾ ਕੇ ਅੰਦਰ ਜਾ ਵੜਦੀ ਕਾਲ ਕੋਠੜੀ 'ਚ, ਸਾਨੂੰ ਭੰਨ ਕੇ ਅਗਲੇ ਬਾਹਰ ਰੱਖ ਦਿੰਦੇ, ਫਿਰ ਛੱਬੀ ਦਾ ਪਰਚਾ ਹੋ ਜਾਂਦਾ। ਸਾਡੇ ਕਹਿਣਗੇ ਜਵਾਕ ਨੂੰ ਬੋਲਣ ਲੱਗ ਪਿਆ, ਹੁਣ ਜਵਾਕ ਤਾਤਾ ਕਹਿਣ ਲੱਗ ਪਿਆ ਪਾਪਾ। ਇਹ ਬੋਲਣਾ ਥੋੜ੍ਹਾ, ਬਾਬਾ ਬੋਲੀਏ ਪੱਤ ਹੋਏ, ਉਹ ਸ਼ਬਦ ਬੋਲੋ ਜਿਹਦੇ ਨਾਲ ਤੁਹਾਡੀ ਇੱਜ਼ਤ ਬਣੀ ਰਹੇ, ਅਤੇ ਜ਼ੁਬਾਨ ਉਹ ਬੋਲੇਗੀ ਜੋ ਬ੍ਰੇਨ 'ਚ ਹੋਏਗਾ, ਅਤੇ ਬ੍ਰੇਨ 'ਚ ਉਹ ਹੋਏਗਾ ਜੋ ਤੁਸੀਂ ਕੰਨਾਂ ਰਾਹੀਂ ਪਾਇਆ ਹੋਏਗਾ। ਕੰਨਾਂ ਦਾ ਜ਼ੁਬਾਨ ਨਾਲ ਸੰਬੰਧ ਬੜਾ ਡੂੰਘਾ, ਜੋ ਕੰਨ ਸੁਣਦੇ ਜ਼ੁਬਾਨ ਉਹ ਬੋਲਦੀ ਹੈ, ਜੋ ਕੰਨ ਸੁਣ, ਜੇ ਕੰਨਾਂ ਨੇ ਸੁਣਿਆ ਸੱਚ, ਜ਼ੁਬਾਨ ਸੱਚ ਬੋਲੂਗੀ। ਹੁਣ ਤੁਸੀਂ ਥਰਮੋਸ 'ਚ ਪਾਇਆ ਦੁੱਧ ਹੈ, ਵਿੱਚੋਂ ਚਾਹ ਥੋੜ੍ਹਾ ਕੱਢ ਲਓਗੇ, ਦੁੱਧ ਹੀ ਨਿਕਲਣਾ। ਤੁਸੀਂ ਕਿਸੇ ਭੜੋਲੇ 'ਚ ਕਣਕ ਪਾਈ, ਉਹ 'ਚੋਂ ਮੱਕੀ ਥੋੜ੍ਹਾ ਕੱਢ ਲਓਗੇ ਤੁਸੀਂ, ਜੋ ਪਾਇਆ ਨਿਕਲੇਗਾ। ਗੁਰੂ ਅਮਰਦਾਸ ਜੀ ਕਹਿੰਦੇ ਇਹ ਸਰਵਣੋ ਮੇਰਿਓ, ਸੱਚ ਹੈ ਸੁਣਨਾ, ਸਰੀਰ ਲਾਏ ਸੁਣੋ ਸਤ ਬਾਣੀ, ਜਿੱਤ ਸੁਣੀ ਮਨ ਤਨ ਹਰਿਆ ਹੋਆ ਰਸਨਾ,
ਸੁਣਿਆ ਕੰਨਾਂ ਨੇ ਸੱਚ ਤੇ ਰਸ ਰਸਨਾ ਚ ਆ ਗਿਆ। ਇੱਥੇ ਪਾਤਸ਼ਾਹ ਜੀ ਕਹਿੰਦੇ ਗੰਢ ਪ੍ਰੀਤੀ ਮਿੱਠੇ ਬੋਲ ਵੇਦਾਂ ਗੰਢ ਬੋਲੇ ਸੱਚ ਕੋਏ। ਸਾਡੀ ਗੁਰੂ ਗ੍ਰੰਥ ਸਾਹਿਬ ਨਾਲ ਗੰਢ ਤਾਂ ਹੈ ਜਿਹਦੇ ਵਿਚਲਾ ਲਿਖਿਆ ਸੱਚ ਆਪ ਬੋਲੀਏ ਤੇ ਕਮਾਈਏ, ਨਹੀਂ ਤੇ ਜਿੰਨੀਆਂ ਮਰਜ਼ੀ ਪ੍ਰਕਰਮਾਂ ਕਰੀ ਜਾ ਤੇਰੀ ਗੁਰੂ ਨਾਲ ਕੋਈ ਗੰਢ ਨਹੀਂ ਪੈਣੀ। ਵੇਦਾਂ ਗੰਢ ਬੋਲੇ ਸੱਚ ਕੋਏ। ਗੁਰੂ ਜੀ ਕਹਿੰਦੇ ਮੜੀਆਂ ਤੇ ਨਾ ਜਾ, ਗੁਰੂ ਸਾਹਿਬ ਜੀ ਕਹਿੰਦੇ ਨੇ ਆਪਣੇ ਅੰਦਰ ਸੱਚ ਦੀ ਵਿਚਾਰ ਲੈ ਕੇ ਆ, ਬੁਰਾ ਕੰਮ ਨਾ ਕਰ, ਠੱਗੀ ਬੇਈਮਾਨੀ ਤੋਂ ਬਚ, ਜੇ ਕੁਆਲਿਟੀ ਤੇਰੇ 'ਚ ਨਹੀਂ ਹੈਗੀ ਜਿੰਨੇ ਮਰਜ਼ੀ ਨਮਸਕਾਰਾਂ ਕਰੀ ਜਾ, ਫਿਰ ਤੇ ਅਪਰਾਧੀ ਦੂਣਾ ਨੇ ਮੈਂ ਜਿਉਂ ਹੰਤਾ ਮਿਰਗਾ ਹੈ। ਤੋ ਪਾਤਸ਼ਾਹ ਇੱਥੇ ਬਖਸ਼ਿਸ਼ ਭਰੇ ਬਚਨ ਕਰਦੇ ਨੇ, ਕਹਿਣ ਲੱਗੇ ਵੇਦਾਂ ਗੰਢ ਬੋਲੇ ਸੱਚ ਕੋਏ ਅਤੇ ਮੋਇਆਂ ਗੰਢ ਨੇਕੀ ਸਤ ਹੋਏ। ਜਦੋਂ ਮਰ ਗਏ ਸਾਡੀ ਸੰਸਾਰ ਨਾਲ ਗੰਢ ਪੈਣੀ ਸਾਡੇ ਆਪਣੇ ਕੰਮਾਂ ਕਰਕੇ, ਬੱਚਿਆਂ ਕਰਕੇ ਨਹੀਂ ਪੈਣੀ। ਭਗਤ ਪੂਰਨ ਸਿੰਘ ਨੂੰ ਜੇ ਅੱਜ ਦੁਨੀਆ ਯਾਦ ਕਰਦੀ ਹੈ ਤਾਂ ਉਹਨਾਂ ਦੇ ਬੱਚਿਆਂ ਕਰਕੇ ਯਾਦ ਨਹੀਂ ਕਰਦੀ, ਉਹਨਾਂ ਦੇ ਆਪਣੇ ਗੁਣਾਂ ਕਰਕੇ ਯਾਦ ਕਰਦੀ। ਜੇ ਬੇਬੇ ਨਾਨਕੀ ਦਾ ਅਸੀਂ ਦੁਨੀਆਂ 'ਤੇ ਸਤਿਕਾਰ ਕਰਦੇ ਹਾਂ ਤਾਂ ਇਸ ਕਰਕੇ ਉਹਨਾਂ ਦੇ ਆਪਣੇ ਅੰਦਰ ਗੁਣ ਸੀ। ਜੇ ਬਾਬਾ ਦੀਪ ਸਿੰਘ ਹੈ, ਜਿੰਨੇ ਵੀ ਮਹਾਨ ਭਾਈ ਗੁਰਦਾਸ ਹੈ, ਜਿੰਨੇ ਵੀ ਤੁਸੀਂ ਗੁਰੂ ਕੇ ਸਿੱਖਾਂ ਦੇ ਨਾਮ ਲਓਗੇ ਉਹਨਾਂ ਦਾ ਆਪਣੇ ਕੰਮਾਂ ਕਰਕੇ ਨਾਮ ਹੈ, ਆਪਣੇ ਕੰਮਾਂ ਕਰਕੇ। ਮੋਇਆ ਗੰਢ ਨੇਕੀ ਸਤ ਹੋਏ ਅਤੇ ਪਾਤਸ਼ਾਹ ਖੀਰਲੀਆਂ ਤੁਕਾਂ 'ਚ ਕਹਿੰਦੇ ਨੇ ਏਤ ਗੰਢ ਵਰਤੈ ਸੰਸਾਰ। ਇਸ ਗੰਢ ਨਾਲ ਸਾਰਾ ਸੰਸਾਰ ਵਰਤ ਰਿਹਾ। ਮੂਰਖ ਗੰਢ ਭਵੈ ਮੂੰਹ ਮਾਰ। ਮੂਰਖ ਬੰਦੇ ਦੀ ਮੂਰਖਤਾ ਨੂੰ ਵੀ ਗੰਢ ਕਦੋਂ ਪੈਂਦੀ ਹੈ? ਜੇ ਉਹਨੂੰ ਬਣ ਦੀ ਸਜ਼ਾ ਦਿੱਤੀ ਜਾਵੇ। ਕਈ ਬੰਦੇ ਜ਼ੁਬਾਨ ਦੀ ਭਾਸ਼ਾ ਸਮਝਦੇ ਨੇ, ਪਾਤਸ਼ਾਹ ਸਮਝਾਉਂਦੇ ਵੀ ਰਹੇ, ਜੰਗ ਨਹੀਂ ਕੀਤੀ ਮਹਾਰਾਜ ਨੇ ਕਿਸੇ ਨਾਲ, ਪਰ ਜੇ ਕੋਈ ਚੜ੍ਹ ਕੇ ਆਇਆ ਤਾਂ ਉਹਨੂੰ ਖਾਲੀ ਵੀ ਨਹੀਂ ਮੋੜਿਆ। ਗਾਂਧੀ ਕਹਿੰਦਾ ਸੀ ਇੱਕ ਗੱਲ ਅਤੇ ਕੋਈ ਥੱਪੜ ਮਾਰਦਾ ਦੂਜੀ ਅੱਗੇ ਕਰ ਦਿਓ। ਪਾਤਸ਼ਾਹ ਦੀ ਬਾਣੀ ਕਹਿੰਦੀ ਨਾ ਨਾ ਨਾ, ਪੈ ਕਹੂੰ ਕੋ ਦੇਤ ਨੇ ਨੈ ਭੈ ਮਾਨ ਤਾਂ। ਡਰਾਉਣਾ ਥੋੜ੍ਹਾ ਕਿਸੇ ਨੂੰ, ਨਾ ਬਿਨਾਂ ਵਜ੍ਹਾ ਡਰਨਾ ਹੈ। ਭੈ ਕਹੂੰ ਕੋ ਦੇਤ ਨੇ ਨੈ ਭੈ ਮਾਨ ਤਾਂ ਕਹੋ ਨਾਨਕ ਸੁਣ ਰੇ ਮਨ ਅਗਿਆਨੀ। ਜੇ ਜ਼ੁਲਮ ਕਰਨਾ ਪਾਪ ਹੈ ਤੇ ਜ਼ੁਲਮ ਸਹਿਣਾ ਉਸ ਨਾਲੋਂ ਵੀ ਹਜ਼ਾਰਾਂ ਗੁਣਾ ਵੱਡਾ ਪਾਪ। ਤੋ ਇਹ ਤਾਂ ਹੀ ਤੁਸੀਂ ਮੁਕਾਬਲਾ ਕਰ ਪਾਓਗੇ ਜੇ ਅੰਦਰ ਤੁਹਾਡੇ ਸੱਚ ਦੀ ਵਿਚਾਰ ਹੋਏਗੀ। ਤੋ ਪਾਤਸ਼ਾਹ ਅਖੀਰ 'ਤੇ ਕਹਿੰਦੇ ਨੇ ਸਿਫਤੀ ਗੰਢ ਪਵੈ ਦਰਬਾਰ, ਨਾਨਕ ਆਖੈ ਇਹ ਵਿਚਾਰ। ਗੁਰੂ ਪਾਤਸ਼ਾਹ ਮਹਾਰਾਜ ਜੀ ਇਹ ਬਖਸ਼ਿਸ਼ ਕਰਦੇ ਨੇ ਕਿ ਭਾਈ ਤੇਰੀ ਗੰਢ ਸੰਸਾਰ 'ਤੇ ਤਾਂ ਪਵੇਗੀ, ਗੁਰੂ ਦੀ ਬਾਣੀ ਨੂੰ ਪੜ੍ਹਦਿਆਂ ਵਿਚਾਰਦਿਆਂ ਆਪਣੀ ਜ਼ਿੰਦਗੀ ਵਿੱਚ ਉਹ ਰੱਬੀ ਗੁਣ, ਰੱਬ ਦੀ ਵਿਚਾਰ ਲੈ ਕੇ ਆਓ ਸਾ ਸੰਗਤ। ਗੁਰੂ ਦੀ ਬਾਣੀ ਪੜ੍ਹਦਿਆਂ ਵਿਚਾਰਦਿਆਂ ਜਿੱਥੇ 550 ਸਾਲਾ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦਾ ਮਨਾਇਆ ਜਾ ਰਿਹਾ ਹੈ, ਉਹਨੂੰ ਸਮਰਪਿਤ ਆਪਣੇ ਪਰਿਵਾਰਾਂ 'ਚ ਸਹਿਜ ਪਾਠ ਕਰੀਏ, ਬਾਣੀ ਪੜ੍ਹੀਏ, ਸਮਝੀਏ, ਅਰਥਾਂ ਸਹਿਤ ਗੁਰਬਾਣੀ ਨੂੰ ਆਪ ਵਿਚਾਰਨ ਦਾ ਯਤਨ ਕਰੀਏ। ਠੰਡੇ ਬਾਟੇ ਦੀ ਪੌਲ ਲੈ ਕੇ ਗੁਰੂ ਦੇ ਪੁੱਤਰ ਧੀਆਂ ਬਣ ਕੇ ਨਸ਼ਿਆਂ ਤੋਂ ਰਹਿਤ ਹੋ ਕੇ ਸੋਹਣੇ ਸਮਾਜ ਦੀ ਸਿਰਜਣਾ ਕਰਨ ਦਾ ਆਪਾਂ ਯਤਨ ਕਰੀਏ। ਆਓ ਸਾਰੀ ਸੰਗਤ ਦਾ ਤਹਿ ਦਿਲੋਂ ਧੰਨਵਾਦ, ਜੋ ਰੋਜ਼ਾਨਾ ਆਪਣੀ ਰਜੇਵਿਆਂ ਭਰੀ ਜ਼ਿੰਦਗੀ 'ਚੋਂ ਸਮਾਂ ਕੱਢ ਕੇ ਸਤਿਗੁਰ ਦੀ ਗੋਦ ਵਿੱਚ ਪਹੁੰਚਦੇ ਹੋ, ਅਦਬ ਸਤਿਕਾਰ ਦੇ ਨਾਲ ਫਤਿਹ ਬੁਲਾਓ। ਆਉਣ ਵਾਲੇ ਦੀਵਾਨਾਂ 'ਚ ਵੀ ਆਪਾਂ ਇੱਦਾਂ ਹੀ ਪਾਤਸ਼ਾਹ ਜੀ ਦੀ ਬਾਣੀ ਦੇ ਉਪਦੇਸ਼ ਸ਼ਬਦ ਵਿਚਾਰ ਸਾਂਝੇ ਕਰਨ ਦਾ ਆਪਾਂ ਯਤਨ ਕਰਾਂਗੇ। ਭੁੱਲਾਂ ਚੁੱਕਾਂ ਦੀ ਮਾਫ਼ੀ, ਅਦਬ ਸਤਿਕਾਰ ਨਾਲ ਫਤਿਹ ਬੁਲਾਓ ਅਤੇ ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ।